ਲੈ ਵੀਰੇ, ਤੂੰ ਤਾਂ ਸਾਨੂੰ ਦੱਸਿਆ ਹੀ ਨਹੀਂ ਹੈਗਾ, ਵਿਆਹ ਕਰਾ ਕੇ ਤੂੰ ਭੈਣ ਤੇ ਜੀਜੇ ਨੂੰ ਭੁੱਲ ਹੀ ਗਿਆ? ਦੱਸ। ਨਹੀਂ ਨਹੀਂ ਭੈਣੇ, ਕਿ ਤੁਹਾਨੂੰ ਭੁੱਲ ਸਕਦਾ, ਮੇਰਾ ਹੋਰ ਹੈ ਹੀ ਨਹੀਂ ਕੋਈ, ਤੁਸੀਂ ਹੋ ਦੋਨੇ। ਜੀ ਅਸੀਂ ਦੋਨੇ ਹੁੰਦੇ ਤਾਂ ਸਾਨੂੰ ਯਾਦ ਰੱਖਦਾ। ਨਾ ਨਾ ਭੈਣੇ, ਗੱਲ ਐ, ਰੁਕ ਜਾ, ਉੱਥੇ ਜਾ ਕੇ ਨਾ ਕੁਛ ਕਹੀਏ, ਮੈਂ ਹੋ ਗਈ ਗਲਤੀ ਦਾ। ਕੀ ਕਰਾਂ ਮੈਂ ਹੀ ਧੀ ਦਾ, ਮੈਨੂੰ ਨਹੀਂ ਪਤਾ ਸੀ। ਕੀ ਹੋ ਗਿਆ ਬੇਬੇ, ਐਂ ਹੋਈ ਬੈਠੀ ਆ? ਦੱਸ ਜੀ, ਕੀ ਦੱਸ ਨਾ, ਮੈਂ ਤਾਂ ਕੀ ਕਰਾਂ, ਉਹ ਆਵਨ ਦੇਖ ਲੈ ਕੀ ਕਰਕੇ ਗਈ ਹੈਗੀ। ਬੇਬੇ ਚੱਲ ਕੋਈ ਨਾ, ਉਹ ਤਾਂ ਕਰ ਗਈ, ਉਹ ਤਾਂ ਹੁਣ ਆਪਾਂ ਨੂੰ ਵੀ ਪਤਾ ਚੱਲ, ਹਨਾ? ਜਦੋਂ ਮੈਂ ਨਹੀਂ ਦਿਲ ਤੇ ਲਾਉਂਦੀ ਫਿਰ ਤੂੰ ਕਾਹਤੋਂ ਐਂ ਕਰਨੀ ਹੋਈ? ਤੂੰ ਤਾਂ ਦਿਲ ਤੇ ਨਹੀਂ ਲਾਉਂਦੀ, ਮੇਰੇ ਤਾਂ ਆਉਂਦੀ ਹੈ ਨਾ, ਵੀ ਉਹਨੇ ਐਂ ਤਾਂ ਸੋਚ ਲੈਂਦੀ ਵੀ ਮੇਰੀ ਭਰਜਾਈ ਹੈ, ਭੈਣਾ ਵਰਗੀ ਹੈ, ਤੇ ਭਾਈ ਮੇਰਾ ਰਿਹਾ ਨੀ, ਮਾੜਾ ਮੋਟਾ ਤਾਂ ਭਾਈ ਦੇ ਮੂੰਹ ਕੰਨੀ ਵੇਖ ਲੈਂਦੀ ਵੀ ਉਹਦੇ ਘਰ ਵਾਲੀ ਹੈ, ਤੇ ਹਮਦਰਦੀ ਤਾਂ ਕੀ ਕਰਨੀ ਸੀ, ਸਮਾਂ ਦੀ ਮੇਰੇ ਨਾਲ ਮੱਚ ਸੜ ਕੇ ਗਈ ਹੈਗੀ। ਐ ਤਾਂ ਕੋਈ ਨਾ, ਚੱਲ ਜਦੋਂ ਮੈਂ ਮਾਫ ਕਰਤਾ ਤੂੰ ਵੀ ਕਰ ਦੇ। ਉਹ ਮਾਫ ਹੀ ਹੈ, ਜਦੋਂ ਉਹਨੂੰ ਅਕਲ ਨਹੀਂ ਆਉਂਦੀ ਹੈਗੀ, ਤੇਥੋਂ ਦਾ ਵੱਡੀ ਆ ਉਹ, ਐ ਤਾਂ ਹੈ, ਫਿਰ ਸੋਚਦੀ ਨੀ ਹੈਗੀ ਮਾੜਾ ਮੋਟਾ। ਐ ਤਾਂ ਹੈ ਵੀ ਪੇਕੇ ਤਾਂ ਹੁੰਦੇ ਹੈਗੇ, ਭਾਈਆਂ ਭਰਜਾਈਆਂ ਨਾਲ ਹੀ ਹੁੰਦੇ ਨੇ, ਤੇ ਭਾਈ ਨਾ ਰਿਹਾ ਤਾਂ ਭਰਜਾਈ ਤਾਂ ਹੈਗੀ, ਉਹਦੇ ਨਾਲ ਤਾਂ ਬਣਾ ਕੇ ਰੱਖੇ। ਐ ਤਾਂ ਹੈ ਬੇਬੇ, ਮੈਂ ਕਿੰਨਾ ਕੁ ਚਿਰ ਬੈਠੀ ਆ ਉਰੇ। ਐ ਤਾਂ ਹੈ, ਚੱਲ ਕੋਈ ਨਾ, ਨਿਆਣੀ ਆ ਕੋਈ ਨਾ, ਫਿਰ ਹਨਾ ਇਦੋਂ ਬਾਅਦ ਵੀ ਬਣ ਵਧਣਗੇ, ਨਿਆਣੀ ਕਾਹਦੀ ਹੈ, ਚੰਬਲੀ ਹੋਈ ਆ, ਲਾਲਚ ਹੈ। ਐ ਤਾਂ ਹੈ ਬੇਬੇ, ਚੱਲ ਕੋਈ ਨਾ, ਆਪਾਂ ਜਦੋਂ ਮਾਫ ਕਰ ਦੇ ਕੋਈ ਨਾ ਉਹਨੂੰ ਵੀ, ਜਦੋਂ ਮੈਂ ਹੀ ਮਾਫ ਕਰਤਾ ਉਹਨੂੰ। ਚਲ ਮਾਫ ਕਰਤ, ਜਦੋਂ ਉਹਨੂੰ ਅਕਲ ਨਹੀਂ ਆ, ਜਦੋਂ ਅਕਲ ਆਊਗੀ ਦੇਖੀ ਜਾਊਗੀ। ਐ ਤਾਂ ਹੈ, ਹਜੇ ਤਾਂ ਉਹਨੂੰ ਕੋਈ ਅਕਲ ਵਾਲੀ ਉਹ ਚ ਗੱਲ ਨਹੀਂ ਹੈਗੀ ਜਮਾ ਵੀ, ਪਰ ਪੜ ਕੇ ਪੈਂਦੀ ਹੁੰਦੀ ਆ, ਮੈਨੂੰ ਵੀ ਦੇਖਦੀ ਹੁੰਦੀ ਆ ਨਾ ਗੱਲਾਂ ਕਰਦੀ ਨੂੰ। ਐ ਤਾਂ ਹੈ, ਚਲ ਕੋਈ ਨਾ, ਫਿਰ ਨਿਆਣੀ ਹੋਰ ਕੀ ਆ, ਜਦੋਂ ਮੈਂ ਹੀ ਮਾਫ ਕਰਤਾ ਉਹਨੂੰ ਐਵੇਂ। ਚਲ ਠੀਕ ਹੈ ਪੁੱਤ, ਸਾਰਾ ਦਿਨ ਆਪ ਦਿਲ ਤੇ ਲਾਈ ਬੈਠੀ, ਆਪ ਬਿਮਾਰ ਹੋ ਜਾਏਗੀ ਫਿਰ। ਹੈ ਮੈਂ ਰਾਜੀ ਨਹੀਂ ਹੈਗੀ, ਜੋ ਉਹਨੂੰ ਪਤਾ ਵੀ ਮੇਰੀ ਮਾਂ ਦਾ ਹਾਲ ਕੀ ਹੈ। ਹਾਂ ਇਹ ਤਾਂ ਹੈ, ਗੱਲਾਂ ਇਹ ਜਿਹਾ ਕਰੂ ਵੀ ਚੁਗਮੀਆਂ ਗੱਲਾਂ ਕਰਦੀ ਹੁੰਦੀ ਹੈ, ਜੋ ਮੇਰੇ ਕਰਮਾਂ ਚ ਸੀਗਾ ਹਨਾ, ਹੋਣਾ ਤਾਂ ਉਹੀ ਆ। ਉਹ ਲਾਲਚ ਐ ਕਰਦੀ ਹੈ ਵੀ ਇਹਨੂੰ ਤਾਂ ਆਪਾਂ ਤੋੜ ਦਈਏ ਘਰੋਂ, ਤੇ ਸਾਰਾ ਜਿਹੜਾ ਹੈਗੇ ਜ਼ਮੀਨ ਜਾਇਦਾਦ ਘਰ ਬਾਰ ਮੇਰੇ ਹੱਥ ਚ ਆ ਜੇ, ਮੈਂ ਸਭ ਜਾਣਦੀ ਹਾਂ, ਉਹਨੂੰ ਮੇਰੀ ਧੀ ਹੈ ਨਾ, ਮੈਨੂੰ ਪਤਾ ਹੀ ਹੈ। ਐ ਤਾਂ ਹੈ ਬੇਬੇ, ਚੱਲ ਕੋਈ ਨਾ, ਜਿੰਨਾ ਕੁ ਦਿਮਾਗ ਹੁੰਦਾ ਬੰਦੇ ਕੋਲ ਉਨਾ ਕੀ ਵਰਤ ਲੈਂਦਾ ਆਪਦਾ, ਹਨਾ? ਚਲ ਉਹੀ ਗੱਲ ਹੈ, ਬਸ ਚੱਲ ਕਹਿ ਕੇ ਸਰੂਗਾ। ਆਓ ਆਖਿਰ ਨੂੰ ਹੈ ਤਾਂ ਸਰਬ ਕੁਝ ਉਸੇ ਦੇ ਹੀ ਆ, ਮੰਗ ਲੈਂਦੀ ਆਪਾਂ ਨਾ ਕਰਾ ਦਿੰਦੇ, ਆਪਾਂ ਜਵਾਬ ਦਿੰਦੇ ਸੀ, ਆਪਾਂ ਜਵਾਬ ਦਿੰਦੇ ਸੀ, ਪਰ ਸਾਜ਼ਿਸ਼ ਤਾਂ ਨਾ ਕਰਦੀ, ਚਲਾਕੀਆਂ ਕਰਦੀ ਹੈ, ਚਲਾਕੀ ਕੀਤੀ ਆ। ਚਲ ਨਾਲੇ ਤਾਂ ਵੀ ਮੈਂ ਮੰਗਾ ਨਾ, ਨਾਲੇ ਮੈਨੂੰ ਚੀਜ਼ ਆਪਦੇ ਆਪ ਮਿਲ ਜੇ। ਹਾਂ ਹਾਂ, ਜਮਾਈ ਤਾਂ ਅਸੀਂ ਆ, ਆਸਿਆਰੀਆਂ ਉਹਦੀਆਂ। ਐ ਤਾਂ ਹੈ, ਚੱਲ ਕੋਈ ਨਾ, ਕਰਮਾਂ ਚ ਹੁੰਦਾ ਜਿਵੇਂ ਕੁਛ ਉਵੇਂ ਹੋ ਕੇ ਰਹਿਣਾ ਹੁੰਦਾ ਹਨਾ, ਮਨ ਹੀ ਸਮਝਾਉਣਾ। ਹਾਂ, ਮਨ ਸਮਝਾਉਣਾ ਹੁੰਦਾ, ਕਹਿੰਦੇ ਹੁੰਦੇ ਆ ਵੀ ਮਨ ਦਾ ਕੀ ਸਮਝਾਉਣਾ, ਇਧਰੋਂ ਪੱਟਿਆ ਤੇ ਇਧਰ ਲਾਉਣਾ, ਉਹ ਹਾਲ। ਐ ਤਾਂ ਹੈ, ਚੁੱਪ ਚ ਹੀ ਫਾਇਦਾ ਪੁੱਤ, ਚੁੱਪ ਚ ਹੀ ਫਾਇਦਾ। ਚੱਲ ਕੋਈ ਨੀ ਪੁੱਤ, ਮੈਂ ਤੇਰੇ ਨਾਲ, ਖਬਰ ਰੱਖ ਸਾਰਾ ਕੁਛ ਠੀਕ ਹੋ ਜਾਊਗਾ। ਠੀਕ ਹੈ, ਚੱਲ ਕਰ ਲਾ ਕੰਮ। ਚੰਗਾ, ਜਵਾਕੜੀ ਤਾਂ ਇੰਨਾ ਕਰਦੀ ਆ, ਹਜੇ ਵੀ ਐ ਕਹੀ ਜੇ। ਚੱਲ ਕੋਈ ਨਾ ਧੀਏ, ਮੈਨੂੰ ਤਾਂ ਤੇਰਾ ਵੀ ਦੁੱਖ ਆਉਂਦਾ, ਉਹ ਤਾਂ ਚੰਬਲੀ ਹੋਈ ਹੈ, ਕੀ ਕਰਾਂ ਮੈਂ, ਮੈਨੂੰ ਤਾਂ ਬਹੁਤ ਆਉਂਦਾ ਗਾ ਤੇਰਾ ਹਮਦਰਦੀ। ਇੱਕ ਤਾਂ ਮੁੰਡਾ ਹੀ ਹੁੰਦਾ ਮੇਰਾ ਜਿਉਂਦਾ, ਚੱਲ ਮੈਨੂੰ ਕਾਹਦੀ ਫਿਕਰ ਸੀ, ਕੋਈ ਫਿਕਰ ਹੀ ਨਹੀਂ ਸੀਗੀ, ਹੁਣ ਫਿਕਰ ਮਾਰਦੀ ਹੈ, ਕਿੱਧਰ ਜਾਵਾਂ ਮੈਂ, ਦੇਖੀ ਜਾਂਦੀ ਮੈਥੋਂ ਤਾਂ। ਇੱਕ ਧੀ ਇਹ ਜੀ ਹੈ, ਬਾਹਲੀ ਬਾਹਲੀ ਜ਼ਿਆਦੇ ਲਾਲਚਣ ਹੋ ਗਈ, ਬਾਹਲੀ ਜ਼ਿਆਦੇ। ਬੇਬੇ ਕੋਲ ਵੀ ਜਾਈ ਆ, ਪਤਾ ਨੀ ਹੋਰ ਆ ਕੇ ਨਾ ਜਾੜ ਜੇ ਥਾਂ ਚ ਬਹਿ ਗਈ, ਫਿਰ ਬੇਬੇ ਉੱਥੇ ਵਧੀਆ ਸੀਗਾ, ਆ ਹੋਰ ਹੀ ਮਕਾਨ ਜਾ ਲੈ ਲਿਆ, ਵੀ ਹੋਰ ਨੀ ਥਿਆ ਤੁਹਾਨੂੰ ਕੋਈ ਮਕਾਨ ਪਿੰਡ ਚ ਬੇਬੇ।
ਹੁਣ ਤਾਂ ਪੁਸ ਪੁਸ ਆਉਣਾ ਪੈਂਦਾ ਤੇਰੇ ਘਰੇ, ਕਿਉਂ ਭੁੱਲ ਜਾਂਦੇ ਆ ਨਾ ਉੱਥੇ ਆ ਕੇ ਗਿਆ। ਹਾਂ ਨਾ ਆਇਆ ਦੇਖ ਪਹਿਲਾਂ ਆ ਨਾ, ਸਹੀ ਗੱਲ ਆ ਗਈ, ਇੱਕ ਦੋ ਵਾਰੀ ਹੋਰ ਆ ਗਿਆ ਬਸ ਫੇਰ ਨਹੀਂ, ਫੇਰ ਪੁੱਛਣ ਦੀ ਲੋੜ ਨਹੀਂ, ਪੁੱਛਣ ਵਾਲੀ ਗੱਲ ਹੀ ਹੋ ਜਾਂਦੀ ਆ। ਉਹ ਵੀ ਵਧੀਆ ਛੋਟਾ ਡੰਗਾ ਭੱਲਾ ਹੀ ਜਾਂਦਾ ਸੀਗਾ ਕਿ ਐਡਾ ਵੱਡਾ ਘਰ ਤੋਂ ਕੀ ਕਰਾਉਣਾ ਹੈ ਤੂੰ। ਆਪਾਂ ਉਹਰੇ ਸਬਜ਼ੀਆਂ ਸੂਜਾਂ ਬੀਜਿਆ ਕਰਾਂਗੇ, ਮੁੱਲ ਪਤਾ ਕਿੰਨੀ ਮਹਿੰਗੀ ਆ ਸਬਜ਼ੀਆਂ, 100-100 ਰੁਪਏ ਕਿਲੋ ਨੇ ਜਿਹੜੀ ਚਾਚੀ ਜੀ ਜੀ ਕਰਦਾ ਜਿਹੜੀ ਸਬਜ਼ੀ ਉਹ ਮਹਿੰਗੀ ਆ। ਇੱਥੇ ਤਾਂ ਕੁਛ ਮਰਜ਼ੀ ਲਾਈ ਚੱਲੀ, ਬਸ ਐਂ ਕਰਕੇ ਵੱਡਾ ਲੈ ਲੈ ਮੂਹਰੇ ਬੀਜ ਲੈ, ਇੱਕ ਆਹ ਥਾਂ ਦੀਆਂ 2.5 ਹੋਣਗੀਆਂ ਆਰਾਮ ਨਾਲ, ਤੇ ਹੋਰ ਹੁਣ ਖੁੱਲਾ ਥਾਂ ਹੈ ਕਿਵੇਂ ਮਰਜ਼ੀ ਕੁਛ ਲਾਈ ਜਾ ਇੱਥੇ। ਚਲੋ ਤਾਂ ਠੀਕ ਆ ਤੇਰੀ ਗੱਲ ਆ, ਤੇ ਮੈਂ ਐਂ ਕਹਿੰਦੀ ਸੀਗੀ ਘਰ ਤਾਂ ਆਪਾਂ ਸੁੱਖ ਨਾਲ ਵੱਡਾ ਹੀ ਲੈ ਲਿਆ, ਪੀ ਨਾ ਕੋਈ ਰੰਗ ਰੁੰਗ ਵਾਲਾ ਕੋਈ ਭਰ ਕੇ ਦੇ ਪੇਂਟਰ ਹੁੰਦੇ ਜਿਹੜੇ ਆ ਰੰਗਾ, ਹੋਰ ਰੰਗਾ ਭਰ ਲੈ ਗਿਆ ਉਹ ਆਪਣੇ ਮੇਲੇ ਦਾ ਕੰਮ ਨਿਬੜ ਚੁੱਕਾ, ਮੈਂ ਲਾਵਾਂ ਹੋਰ ਰੰਗਾਂ ਦੇ ਮੁੰਡੇ ਇੱਕ ਮਿੰਟ ਕਿਤੇ ਬਾਗ ਵੀ ਨਾ ਜਾਣ। ਹਾਂ ਵੀ ਆਪਾਂ ਰੰਗ ਕਰਾਉਣਾ, ਖੜ ਜਾ ਇੱਕ ਮਿੰਟ, ਇਹੀ ਗੱਲ ਤੁਸੀਂ ਮੈਨੂੰ ਪਹਿਲਾਂ ਫੋਨ ਲਾਉਣਾ ਸੀਗਾ। ਹੈਲੋ ਹੈਲੋ ਹੈਲੋ, ਹਾਂਜੀ ਉਹ ਨਿੱਕੂ ਮਾੜਾ ਨਾ ਇੱਥੇ ਆਪਾਂ ਬੇਬੇ ਦੇ ਘਰੇ ਰੰਗ ਕਰਨਾ, ਇਹ ਤੋਂ ਜਦੋਂ ਕੰਮ ਨਿਬੜ ਗਿਆ ਮੈਨੂੰ ਉਡੀਕ ਕੇ ਫਿਰ ਜਾਇਓ ਜਾਂਗਾ। ਕਰ ਦਾਂਗੇ। ਠੀਕ ਆ ਜੀ, ਠੀਕ ਆ, ਧੰਨਵਾਦ ਜੀ, ਠੀਕ ਆ, ਓਕੇ ਓਕੇ। ਚੱਲ ਕਹਿੰਦਾ ਮੁੰਡੇ ਨੂੰ ਮੈਨੂੰ ਉਡੀਕ ਕੇ ਜਾਣਗੇ। ਅੱਛਾ ਕਹਿੰਦੇ ਕਰ ਦਾਂਗੇ, ਫਿਰ ਤਾਂ ਵਧੀਆ ਹੈ, ਸੋਹਣਾ ਜਿਹਾ ਲੱਗਣ ਲੱਗ ਜੂ ਇੰਨਾ। ਹਾਂ ਮੇਰਾ ਇਹ ਨਾ ਕੰਮ ਆ, ਮੈਨੂੰ ਐਂ ਉਹ ਕਹਿੰਦੇ ਫਿਰ ਜਾਂਦੇ ਇੱਕ ਮੁੰਡੇ ਦਾ ਕੰਮ ਹੋ ਰਿਹਾ ਜੀ ਮਾੜਾ ਮੋਟਾ ਜਿਹਾ, ਇਹ ਕਰਕੇ ਆ ਜੂਗਾ, ਤਾਂ ਮੈਂ ਉਹਨੂੰ ਕਹਿਤਾ ਫਿਰ ਮੈਂ ਉਹਨਾਂ ਨੂੰ ਭੇਜ ਦੂੰਗਾ ਤੇਰੇ ਘਰੇ। ਚੱਲ ਠੀਕ ਹੈ, ਫਿਰ ਆਇਆ ਨਾ ਸਾਫ ਸਫਾਈ ਜਿਹਾ ਹੋ ਜੂ ਘਰ, ਫਿਰ ਆਪਾਂ ਕਰਨਾ ਵੀ ਹੈ ਨਾ ਰਾਵਣ ਦਾ। ਅੱਛਾ ਅੱਛਾ ਦੇਖ ਲੈ ਥਾਂ ਫਿਰ। ਨਾ ਨਾ ਤੈਥੋਂ ਬਿਨਾਂ ਮੈਂ ਕਿੱਥੋਂ ਦੇ, ਕੌਣ ਦੇਖ ਲੂਗਾ, ਮੈਂ ਦੇਖਣਾ ਕੀ ਆ। ਮਹਾ ਤੂੰ ਆ ਕਹਿੰਦੀ ਸੀ ਨਾ ਫਿਰ ਪਹਿਲਾਂ ਰੰਗ ਜਿਹਾ ਕਹਿੰਦਾ, ਫਿਰ ਕਹਿੰਦੀ ਆਪਾਂ ਕਰਨਾ ਗਾ, ਮੈਂ ਉਹ ਤਾਂ ਤੈ ਕਰਨਾ ਹੈਗਾ, ਤੇਰੀ ਜ਼ਿੰਮੇਵਾਰੀ ਲਾਈ ਹੋਈ ਆ ਮੇਰੀ ਤਾਂ। ਅੱਛਾ ਲਾਈ ਤਾਂ ਮੇਰੀ ਆ ਤੇ ਮੇਰੀ ਲਾਈ ਆ ਤਾਂ। ਅੱਛਾ 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 ਤੂੰ ਹੀ ਭਾਲਣਾ ਉਹ ਤਾਂ, ਠੀਕ ਆ ਮੈਂ ਸਮਝ ਗਿਆ ਤੇਰੀ ਗੱਲ ਤਾਂ। ਉਹ ਤਾਂ ਫਿਰ ਮੇਰੇ ਤੋਂ ਮੈਨੂੰ ਤਾਂ ਆਏ ਸੀ ਨਾ ਇੱਕੇ ਦਮ ਜੇ ਤੂੰ ਰੰਗ ਵਾਲਾ ਕਹਿੰਦਾ, ਫਿਰ ਇੱਕਦਮ ਤੂੰ ਆਇਆ ਕਹਿੰਦਾ ਵੀ ਆਪਾਂ ਕਰਨਾ ਗਾ, ਕੀ ਚੱਲ ਕਈ ਵਾਰੀ ਫਿਰ ਆਈ ਕਰਾਈ ਜਾਂਦਾ ਨਾ ਸਫਾਈ ਸਫੂਈ ਜੀ ਸਾਫ਼ ਹੋ ਜੂਗਾ, ਉਦੋਂ ਬਾਅਦ ਫਿਰ ਦਿਖਾ ਗਿਆ ਭੈਣ ਭਾਈ ਆਉਂਦਾ ਬੁਰਾ ਲੱਗੂਗਾ। ਸਾਰਾ ਭਾਲਦੇ ਹੀ ਹੈ। ਹਾਂ ਹਾਂ ਉਹ ਤਾਂ ਹੈ, ਕਹਿੰਦੇ ਹੁੰਦੇ ਆ ਨਾਲੇ ਚੱਲ ਚੰਗੀ ਗੱਲ ਹੋ ਜੂਗੀ, ਹੋਰ ਨਾਲੇ ਸਫਾਈ ਹੋ ਜਾਂਦੀ ਨਾਲੇ ਮੱਛਰ ਮੁੱਛਰ ਮਰ ਜੂ ਬਾਹਲਾ ਕੁਛ ਹੋ ਜਾਂਦਾ ਫਿਰ। ਅੱਛਾ ਤੇ ਗੁੜਗਾ ਬਾਕੀ ਫਿਰ ਹੈ। ਹਾਂ ਉਹ ਤਾਂ ਗਈ, ਉਹ ਚੱਲ ਮੈਂ ਵਕਤ ਆ ਗਈ, ਤੂੰ ਵੀ ਨਾ ਹੁਣ ਮਨ ਤੇ ਗੱਲ ਲਾਈ, ਉਹਨੇ ਤਾਂ ਜਿਹੜੀ ਕਰਨੀ ਸੀ ਕਰ ਲਈ, ਜੇ ਤੂੰ ਵੀ ਦਿਮਾਗ ਤੇ ਗੱਲ ਲਾ ਕੇ ਬਹਿ ਜਾਈ ਨਾ ਫਿਰ ਤੈਨੂੰ ਪਤਾ ਗਾ ਐਵੇਂ ਹੁਣ ਔਖਾ ਹੋ ਜਾਂਦਾ। ਨਹੀਂ ਜੀ ਮੈਂ ਸਿਆਣੀ ਹੈ ਦੇਖ, ਵੱਡੀ ਹੈ ਮੁੰਡੇ ਤੋਂ, ਉਹਨੂੰ ਇੰਨੀ ਅਕਲ ਨਹੀਂ ਹੈਗੀ। ਮੈਂ ਤੇਰੀਆਂ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ, ਉਹ ਵੱਡੀ ਹੈ ਵੀ ਜਿਹੜਾ ਉਹਨੇ ਕੀਤਾ ਬਿਲਕੁਲ ਗਲਤ ਕੀਤਾ, ਇੱਕ ਗੱਲ ਤਾਂ ਇੱਥੇ ਸਾਬਤ ਹੋ ਗਈ। ਆਪਾਂ ਕਹਿ ਦਿੰਦੇ ਨੇ ਨਾ ਜਦੋਂ ਬਾਹਲੇ ਬੰਦੇ ਆਪਾਂ ਕਿਸੇ ਧੀ ਗੋਦ ਲੈ ਲੈਂਦੇ ਆ, ਬਾਹਲੇ ਕਹਿ ਦਿੰਦੇ ਆ ਯਾਰ ਜੇ ਆਪਦੀ ਹੋਵੇ, ਜੇ ਆਪਦੀ ਹੋਵੇ ਨਾ ਆਪਦਾ ਖੂਨ ਵਿੱਚ ਫਰਕ ਆ। ਇੱਥੋਂ ਤੂੰ ਹੁਣ ਦੇਖ ਲੈ ਕੀ ਸਾਬਤ ਹੁੰਦਾ ਗਾ, ਆਪਦੀ ਤਾਂ ਹੋ ਨਿਕਲ ਗਈ, ਜਿਹੜੀ ਬਗਾਨੀ ਸੀ ਦੇਖ ਉਹ ਧੀ ਬਣੀ ਹੋਈ ਆ, ਇਹ ਬੇਬੇ ਗੱਲਾਂ ਬਣਾਈਆਂ ਹੁੰਦੀਆਂ ਸਾਰੀਆਂ ਕਿੱਥੇ ਆ ਗਈਆਂ, ਕੋਈ ਅੱਜ ਕੱਲ ਆਪਦਾ ਨੀ, ਕੋਈ ਪਰਾਇਆ ਨੀਗਾ। ਜਿਹਨੇ ਧੀਆਂ ਹੁੰਦੀਆਂ ਜਿਹੜੀ ਧੀ ਸਹੀ ਆ ਧੀ ਬਣ ਜੇ ਤਾਂ ਤੈਨੂੰ ਪਤਾ ਹੀ ਹੈ ਕਹਿੰਦੇ ਕੋਲਾ ਠਾਰ ਦਿੰਦੀ ਆ, ਤੇ ਇਹ ਧੀ ਜੰਮੀ ਹੋਈ ਨੀ ਮੇਰੀ ਬਣ ਰਹੀ, ਬਸ ਇੱਥੇ ਆ ਕੇ ਖੜ ਜਾਂਦੀ। ਸੰਸਕਾਰਾਂ ਦੀ ਗੱਲ ਹੁੰਦੀ, ਇਹ ਇੰਨਾ ਕਰਦੀ ਆ ਮੇਰਾ ਕੋਈ ਅੰਤ ਹੀ ਨਹੀਂ। ਰਮਨ ਤੈਨੂੰ ਦੱਸਿਆ ਦੇਣ ਬੇਬੇ, ਅੱਜ ਕੱਲ ਤਾਂ ਬਿਨਾਂ ਬੰਦਿਆਂ ਦੇ ਖੁੰਦੇ ਨੀ ਰਹਿੰਦੀਆਂ, ਇਹ ਬਿਨਾਂ ਬੰਦੇ ਦੇ ਰਹੀ ਜਾਂਦੀ ਹੈ। ਕੋਈ ਬੰਦਾ ਸਬਰ ਕਰ ਸਕਦਾ ਹੈ, ਇੰਨਾ ਗੁਣ ਹੋ ਸਕਦਾ ਕਿਸੇ ਚ, ਫਿਰ ਇਹ ਗੱਲਾਂ ਸੋਚਣ ਵਾਲੀ ਹੁੰਦੀਆਂ, ਆਪਾਂ ਸੋਚਦੇ ਨਹੀਂ। ਬਹੁਤ ਸਿਆਣੀ ਕੁੜੀ ਐ ਮੈਂ ਕਹਿਦਾ, ਮੈਂ ਤਾਂ ਹੁਣ ਇਹਨੂੰ ਧੀ ਮੰਨਦੀ ਆ, ਮੈਂ ਤਾਂ ਅਮਨ ਤੋਂ ਵੀ ਜ਼ਿਆਦਾ ਇਹਦਾ ਕਰਦੀ ਆ। ਉਹ ਕਰਨਾ ਚਾਹੀਦਾ ਵੀ ਐ, ਇਹ ਚ ਸ਼ੱਕਾ ਕੋਈ, ਇਹਨੇ ਕਿਹੜਾ ਕੁਛ ਕੁਛ ਲੈ ਕੇ ਜਾਣਾ ਨਾਲ, ਕੁਛ ਵੀ ਨਹੀਂ ਕਹਿੰਦੀ ਮੈਨੂੰ ਤਾਂ, ਨਾ ਇੱਕ ਤੋਂ ਦੋ ਨਹੀਂ ਕਹਿੰਦੀ, ਬੈਠੀ ਨੂੰ ਸਾਰਾ ਕੁਛ ਫੜਾਉਂਦੀ ਆ ਬਿਨਾਂ ਮੰਗੇ।
ਇੰਨੀ ਸਿਆਣੀ ਹੈ। ਚਲ ਠੀਕ ਆ, ਪਰ ਫਿਰ ਬਾਅਦ ਚ ਕਰਾਂਗੇ ਗੱਲ। ਇੱਕ ਤਾਂ ਤੂੰ ਆਮ ਨੇ ਰਿਸ਼ਤੇ ਵਾਲੀ ਗੱਲ ਕੀਤੀ, ਇਹ ਵੀ ਮੈਂ ਚੱਲ ਮੈਂ ਕਰਦਾ ਮੁੰਡੇ। ਹਾਂ ਇਹ ਤਾਂ ਹੀ ਕਰਨਾ, ਤੇਰੀ ਜ਼ਿੰਮੇਵਾਰੀ ਹੈ। ਘਰ ਅੰਕਲ ਨੂੰ ਫਿਰ ਮੈਂ ਭੇਜਦਾ, ਉਹਨਾਂ ਨੇ ਪਿੰਡ ਜਾਣਾ ਸੀ, ਮੈਂ ਹੁਣੀ ਤੇਰੇ ਘਰੇ ਭੇਜ ਦਿੰਦਾ। ਹਾਂ ਭੇਜ, ਠੀਕ ਹੈ। ਤੂੰ ਬਾਅਦ ਆਉਂਦਾ ਜਾਂਦਾ ਮੈਂ ਪਤਾ ਲੈ ਜੂ। ਹਾਂ ਠੀਕ ਆ, ਠੀਕ ਹੈ, ਠੀਕ। ਹਾਂ ਫਿਰ ਕਰਦੇ ਆਪਾਂ ਗੱਲ, ਚਲੋ ਵਧੀਆ ਹੋ ਜੂਗਾ, ਸਫਾਈ ਹੋ ਜੂ ਘਰ ਦੀ, ਉਸ ਤੋਂ ਬਾਅਦ ਫਿਰ ਕਰਨਾ ਹੀ ਪਊ ਕੁੜੀ ਦਾ ਕੁਛ। ਐਂ ਤਾਂ ਨੀ ਕਰਦਾ ਹੱਥ ਤੇ ਤਰੇ ਬਿਨਾ ਤਰੇ ਤੂੰ। ਹੈਲੋ, ਇੱਕ ਆਪਣਾ ਗੱਡੀ ਆਈ ਨੀ ਅੱਜ। ਅੱਛਾ ਆ ਗਈ, ਕਿੰਨੇ ਕੁ ਟਾਈਮ ਤੱਕ ਆਜੂ? ਚੱਲ ਠੀਕ ਆ ਜੀ, ਓਕੇ। ਜਾ ਭਾਅ ਤੂੰ। ਹਾਂ ਹਾਂ ਸਰ, ਪੈਂਚਾ ਹੋਰ ਕਿਵੇਂ? ਠੀਕ ਹੈ ਠੀਕ ਹੈ, ਵਧੀਆ। ਤੂੰ ਦੱਸ? ਵਧੀਆ ਵਧੀਆ। ਆਇਆ ਮੈਂ ਤੈਨੂੰ ਉਡੀਕੀ ਜਾਂਦਾ ਸੀ। ਰਿਸ਼ਤਾ ਤਾਂ ਕਿਹੜਾ ਹੋ ਗਿਆ? ਹੋ ਗਿਆ ਹਾਂ, ਕਿਹੜੇ ਹੋਊਗਾ ਹੁਣ, ਕਿਹੜਾ ਹੋ ਜਾਵੇ ਪਤਾ, ਕਿਹੜਾ ਹੋ ਗਿਆ। ਮੇਰਾ ਕਹਿਣ ਤੋਂ ਭਾਵ ਵੀ ਹੁਣ ਸਾਰਾ ਕੁਛ ਸਹੀ ਹੋ ਗਿਆ, ਕੰਮ ਆਪਣਾ ਠੀਕ ਹੈ ਠੀਕ ਹੈ, ਤੇ ਕਾਰਡ ਕੂਡ ਸਭ ਗਏ, ਬਸ ਆ ਹੁਣ ਚੱਟ ਮੰਗਿਆ। ਮੰਨ ਕੇ ਚੱਲ ਵਿਆਹ ਦਾ ਕੰਮ ਰਹਿ ਗਿਆ। ਹਾਂ ਵਿਆਹ ਦਾ ਕੰਮ ਰਹਿ ਗਿਆ। ਚਲੋ ਠੀਕ ਹੈ, ਚੰਗੀ ਗੱਲ ਚੰਗੀ ਗੱਲ, ਚਲ ਵਧੀਆ। ਕਹਿੰਦੇ ਹੁੰਦਾ ਜਿੱਥੇ ਕਿੱਥੇ ਸਹਿਯੋਗ, ਤੁਹਾਨੂੰ ਪਤਾ ਸਹਿਯੋਗ ਹੋਣਾ ਉੱਥੇ ਤਾਂ ਫਿਰ ਭਿੜਦੇ ਆ, ਤੇ ਭਿੜਦੇ ਬਿਲਕੁਲ। ਸਹੀ ਗੱਲ ਆ, ਸਹੀ ਗੱਲ ਆ, ਚਲ ਕੋਈ ਗੱਲ ਨਹੀਂ, ਵਧੀਆ। ਮੇਰੇ ਕੋਲ ਵੀ ਉਹਨਾਂ ਦਾ ਫੋਨ ਆ ਜਿੱਥੇ ਤੈਨੂੰ ਮੈਂ ਪਹਿਲਾਂ ਵੀ ਨਹੀਂ ਕਰਾਉਂਦਾ ਸੀਗਾ, ਤੇ ਉਹ ਕਹਿੰਦੇ ਸੀ ਕਰਾ ਦੇ ਰਿਸ਼ਤਾ। ਮੈਂ ਚੱਲ ਮੈਂ ਬਸ ਉਹ ਮੁੰਡੇ ਨੂੰ ਪੁੱਛ ਲੂ, ਜੇ ਨਾ ਹੋਇਆ ਤਾਂ ਉੱਥੇ ਕਰਾ ਦੂੰਗਾ, ਤੇ ਨਹੀਂ ਫਿਰ ਮੈਂ ਹੋਰ ਮੁੰਡੇ ਨੂੰ ਕਿਸੇ ਨੂੰ ਕਰਾ ਦੂੰਗਾ। ਚੱਲ ਵਧੀਆ ਹੋ ਗਿਆ ਜਿਹੜਾ ਤੇਰਾ ਹੋ ਗਿਆ, ਚੱਲ ਕੋਈ ਗੱਲ ਨਹੀਂ। ਮੈਂ ਤਾਂ ਕਿਹਾ ਸੀਗਾ ਇਹਨਾਂ ਨੂੰ, ਮੈਂ ਵੀ ਐਂ ਕਰਕੇ ਅੰਕਲ ਨਾਲ ਵੀ। ਉਹ ਨਾ ਨਾ ਕੋਈ ਨਹੀਂ, ਫਿਰ ਕੀ ਹੁੰਦਾ, ਲੈ ਲੈ ਫਿਰ ਤਾਂ ਹੋਵੇ ਯਾਰ, ਜਦੋਂ ਆਪਾਂ ਅਸੀਂ ਆਪ ਹੀ ਇਧਰੋਂ ਲੇਟ ਹੋ ਗਏ। ਬਾਕੀ ਉਹ ਬਾਲਾ ਜ਼ੋਰ ਜਿਹਾ ਪਾਉਣ ਲੱਗੇ, ਕਹਿੰਦੇ ਵੀ ਮੁੰਡਾ ਠੀਕ ਆ, ਕੰਮ ਕਾਰ ਕਰਦਾ ਹੁੰਦਾ ਹੈ ਸਾਰਾ, ਅੱਜ ਕੱਲ ਦਾ ਪੱਤੇ ਤੋਂ ਰਹਿਦਾ ਹੈ, ਅੱਜ ਕੱਲ ਦਾ ਬੰਦਾ ਚੰਗਾ ਮਿਲਦਾ ਨਹੀਂ। ਮਿਲਦਾ ਠੀਕ ਹੈ ਨਾ ਗੱਲ, ਬਸ ਵੱਡੀ ਗੱਲ ਤੇ, ਵੱਡੀ ਗੱਲ ਤੇ। ਚਲ ਕੋਈ ਗੱਲ ਨਹੀਂ, ਠੀਕ ਆ, ਤੇ ਲੈ ਜਿਓ ਫਿਰ, ਆ ਜੂ ਬਸ ਆਉਣ ਵਾਲੀ ਪਹੁੰਚਣ ਵਾਲੀ ਗੱਡੀ ਤਾਂ। ਚਲ ਫਿਰ ਐਂ ਕਰ, ਮੈਂ ਹੁਣ ਜਾ ਕੇ ਘਰੇ ਟਰਾਲੀ ਭੇਜਦਾ, ਠੀਕ ਆ, ਭੇਜ ਦੇ। ਹਾਂ ਜਿੰਨੀਆਂ ਬੋਲੀਆਂ ਤੈਨੂੰ ਕਹਿੰਗਾ ਉਹ ਤਾਂ ਠੀਕ ਆ, ਜੇ ਹੋਰ ਵੀ ਮਾੜਾ ਮੋਟਾ ਹੁੰਦਾ ਹੋਇਆ ਤਾਂ ਭਾਵੇਂ ਹੋਰ ਤਰ੍ਹਾਂ ਦੀ, ਕੋਈ ਨਾ ਹੁਣ ਤੁਸੀਂ ਦੇਖ ਲਓ ਥੋੜੀ ਪੂਰੇ ਕਹੋ ਕਰ ਦਿੰਦੇ। ਬਸ ਠੀਕ ਆ ਫਿਰ, ਠੀਕ ਮੈਂ ਜਾਣਾ, ਠੀਕ ਆ। ਨਿੱਘਾ ਵਾਲਾ ਗਾ, ਮੈਂ ਕਿਹੜਾ ਉੱਥੇ ਕੰਮ ਕਰਦੀਆਂ ਲਈ ਪਾਟ ਜਾਣਗੇ, ਪਾਟਣ ਦੀ ਗੱਲ ਨੀ, ਕੱਪੜੇ ਇਹੋ ਜਿਹਾ ਹੁੰਦਾ ਇਹੋ ਜਿਹਾ, ਇੱਕ ਤੋਂ ਪਾ ਗਿਆ ਉਹ ਬੇਬੇ ਨੀ ਉੱਥੋਂ ਵਾਲੀ ਮਹਿੰਦਰ ਜੋਰੇ ਘਰ ਮਾਨਸਾ ਵਾਲੀ, ਤੇ ਉਹਦੇ ਕੋਲ ਨਾ ਮੈਨੂੰ ਲੱਗਦਾ ਹੋ ਗਏ ਹੋਣਗੇ। ਬੇਬੇ ਦੀ ਮਹਿੰਦਰ ਦੀ ਉਮਰ ਹੈਗੀ ਆਗੀ ਇੱਕ ਘੱਟ 95 ਦੀ, ਤੇ ਜੋਰੇ ਦੀ ਉਮਰ ਹੈਗੀ ਆ ਇੱਕ ਘੱਟ 37 ਦੀ, ਤੇ ਇਹ ਹਿਸਾਬ ਲਾ ਲਾ ਉਹਦਾ ਹਜੇ ਜਵਾਕ ਪਿਆ, ਬੇਬੇ ਮਹਿੰਦਰ ਤਾਂ ਹਜੇ ਉਵੇਂ ਪਈ ਹੈ, ਹਜੇ ਜੋਰਾ ਵੱਡਾ ਲੱਗਦਾ ਮਹਿੰਦਰ ਛੋਟੀ ਲੱਗਦੀ। ਅੱਛਾ ਕੁੜੀਆਂ ਦੀਆਂ ਮਾਮਾ ਖਾ ਮਟੈਰ ਆ ਕੇ ਮੈਚਿੰਗ ਕਰ ਕਰ ਪਾਉਂਦੀ ਹੈ। ਅੱਛਾ ਹਾਂ ਚਲੋ, ਸ਼ੌਂਕ ਹੀ ਹੁੰਦਾ ਕਿਸੇ ਨੂੰ, ਬਸ ਵੱਡੀ ਗੱਲ ਤਾਂ ਆ ਗਈ, ਸ਼ੌਂਕ ਦੀ ਗੱਲ ਆ ਗਈ, ਸ਼ੌਂਕ ਬਿਨਾਂ ਤਾਂ ਕੁਝ ਵੀ ਨਹੀਂ ਹੋ ਸਕਦਾ ਗਾ। ਸਹੀ ਗੱਲ ਆ, ਉਹ ਸੌਂਕ ਦਾ ਸੌਂਕ, ਤੇ ਮੈਂ ਉਧਰ ਬੇਬੇ ਕੋਲ ਗਿਆ ਸੀਗਾ, ਤੇ ਉਹ ਰਿਸ਼ਤੇ ਨੂੰ ਕਹਿੰਦੀ ਸੀਗੀ ਵੀ ਕਹਿੰਦੀ ਹੁਣ ਉਧਰ ਦਾ ਕੁੜੀ ਦਾ ਵਾਗ ਕੇ ਕਹਿੰਦੀ ਹੁਣ ਵੀ ਚੱਲ ਜਿਹੜਾ ਕੁਝ ਹੋਣਾ ਚਾਹੀਦਾ ਹੋ ਗਿਆ, ਵੀ ਤੁਸੀਂ ਦੇਖ ਕੇ ਕਰਾ ਦਿਓ। ਉਹ ਫਿਰ ਜਿਹੜੇ ਮੁੰਡੇ ਦਾ ਆਪਾਂ ਕਰਾਉਂਦੇ ਸੀ ਮੈਂ ਉਹਦੇ ਕੋਲ ਜਾ ਕੇ ਆਇਆ, ਕਹਿੰਦਾ ਉਹਦਾ ਲੈ ਲਿਆ ਰਿਸ਼ਤਾ,
ਚੱਲ ਫਿਰ ਮੈਂ ਕਿਹਾ ਮੈਂ ਹੋਰ ਦੇਖ ਲਾਂ, ਜੇ ਤੇਰੀ ਨਿਗਾਹ ਚ ਹੈਗਾ ਤਾਂ ਤੂੰ ਦੇਖ ਲਾ। ਲੇ ਹੁਣ ਕਰਦੇ ਨਹੀਂ ਹੁਣ ਕੋਈ ਆ ਨਹੀਂ ਕਰ ਬ੍ਰਾਂਡ ਹੋ ਗਈ ਵੀ ਹੁਣ ਬਸ ਕਹਿਣ ਤਾਂ ਕਿਹੜਾ ਸੀਗਾ, ਉਹ ਤਾਂ ਇੱਕ ਜਾਣ ਪੁੱਛ ਕੇ ਉਹਨੇ ਬਣਾਇਆ ਸੀਗਾ, ਕੁਛ ਨਹੀਂ ਸੀਗਾ। ਚਲੋ ਕੋਈ ਨਹੀਂ ਹੋਰ ਦੇਖ ਲਾਂਗੇ ਫਿਰ ਆਪਾਂ। ਹਾਂ ਜੇ ਕੋਈ ਆਪਣੇ ਰਿਸ਼ਤੇਦਾਰੀ ਚ ਹੋਵੇ ਤਾਂ ਬੰਦਾ, ਤੇ ਨਹੀਂ ਮੈਂ ਨਿਗਾਹ ਚ ਇੱਕ ਬੰਦਾ ਹੈਗਾ ਗਾ ਉਹਨੂੰ ਕਿਹਾ, ਅੱਜ ਕਹਿੰਦਾ ਤੈਨੂੰ ਸ਼ਾਮ ਤੱਕ ਦੱਸ ਦੂੰਗਾ, ਉਹਦੇ ਨਾਲ ਮੈਂ ਮੁੰਡੇ ਨਾਲ ਬਾਤ ਆਵਾਂਗਾ। ਸ਼ਾਇਦ ਤੂੰ ਦੇਖਿਆ ਹੋਵੇ ਕੇਰਾ ਮੇਰੇ ਕੋਲ ਇੱਥੇ ਆ ਕੇ ਵੀ ਗਿਆ ਸੀਗਾ ਚੰਨੀ। ਅੱਛਾ ਉਹ ਵੀ ਤਾਂ ਮੁੰਡਾ ਬਹੁਤ ਵਧੀਆ ਫਿਰ। ਹਾਂ ਜਵਾਕੜੀ ਦਾ ਬਣ ਜੇ ਵੀ ਚੱਲ ਸਾਰੀ ਉਮਰ ਜਸ ਗਾਊਗੀ। ਨਾ ਨਾ ਸਹੀ ਗੱਲ ਆ। ਹੋਰ ਹੁਣ ਕੋਈ ਨਾ ਕੋਈ ਫਿਰ ਵਿਘਨ ਪੈ ਜਾਂਦਾ ਗਾ, ਫਿਰ ਕੋਈ ਕੋਈ ਜਾਣ ਬੁੱਝ ਕੇ ਹੋਈ ਜਾਂਦਾ ਕੋਈ। ਬੰਦੇ ਨੂੰ ਜਿਹੜਾ ਕੰਮ ਕਿਹਾ ਹੁੰਦਾ ਨਾ ਬੰਦੇ ਨੂੰ ਕੰਮ ਚ ਨਹੀਂ ਰੱਖਣ ਜਾ, ਸਾਨੂੰ ਵੀ ਕੀ ਕਿਹਾ ਸੀਗਾ। ਬਾਹਲੇ ਬੰਦੇ ਤਾਂ ਇਹ ਗੱਲ ਸੁਣਦੇ ਨੀ ਅੱਜ ਕੱਲ੍ਹ ਵਿੱਚ ਵਿੱਚ। ਹੁਣ ਉਹਨੇ ਮੈਨੂੰ ਗੱਲ ਕਹੀ ਤੀ, ਮੈਂ ਉਹਦੀ ਗੱਲ ਸਮਝ ਗਿਆ ਵੀ ਮੈਨੂੰ ਇਹਨਾਂ ਨੇ ਗੱਲ ਕਹੀ ਆ, ਆਪਾਂ ਚੁੱਪ ਕਰਕੇ ਆਪਦੇ ਕੰਮ ਤੇ ਲੱਗ ਜਾਂਗੇ। ਬਾਹਲੇ ਬੰਦੇ ਤਾਂ ਉਹ ਸਮਝ ਜਾਂਦੇ ਵੀ ਕਿਹਨੂੰ ਨਾਲ ਲੈ ਕੇ ਜਾਣਾ, ਕਿਹਨੂੰ ਕਿਹਾ ਸੀ ਉਹਨੂੰ ਬੰਦੇ ਨੂੰ ਨਾਲ ਲੈ ਕੇ ਜਾਓ, ਐਂ ਥੋੜੀ ਵੀ ਆਪ ਹੀ ਤੁਰ ਜਾਓ, ਐਂ ਗੱਲ ਹੁੰਦੀ ਹੁੰਦੀ ਇਹਦੇ ਚ। ਹੁਣ ਮੈਂ ਕਰਕੇ ਬੇਬੇ ਕੋਲੇ ਜਾਵਾਂ ਕਾ ਉਹਦੇ ਕੋਲ ਪੁੱਛ ਕੇ ਜਾਵਾਂ। ਇੱਕ ਛੋਟੀ ਰਿਸ਼ਤੇਦਾਰੀ ਚ ਹੋਰ ਕਹਿੰਦੀ ਸੀਗੀ ਮੁੰਡੇ ਦਾ, ਉਹਦਾ ਯਾਰ ਕੀ ਨਾਂ ਸੀ ਉਹਦਾ, ਉਹਦਾ ਵੀ ਪਰ ਹੋ ਗਿਆ ਹੋਊਗਾ ਨਾ। ਚਲ ਕਰ ਲਾਂਗੇ ਪਤਾ ਫਿਰ ਆਪਾਂ, ਕੋਈ ਗੱਲ ਨੀ ਫਿਰ। ਹੋਰ ਛੱਡ ਯਾਰ, ਪਹਿਲਾਂ ਚੰਨੀ ਦੀ ਗੱਲ ਕਰ। ਹਾਂ ਉਧਰ ਲੈ ਲਓ ਪਤਾ ਫਿਰ। ਚੰਨੀ ਦਾ ਨਾ ਉਹਦੇ ਕੋਲ ਨਿੱਕੇ ਕੋਲੇ ਫੋਨ ਆ, ਚੰਨੀ ਦਾ ਮੈਂ ਚੰਨੀ ਦਾ ਨੰਬਰ ਲਿਆ ਕੇ ਚੰਨੀ ਨਾਲ ਗੱਲ ਕਰਦਾ ਫਿਰ। ਬਸ ਬਾਹਲਾ ਟਾਈਮ ਨਾ ਪਾਓ ਹੁਣ, ਉਹੀ ਗੱਲ ਨਾ ਨਾ ਟਾਈਮ ਤਾਂ ਕਦਾ ਫੋਨ ਕਰ, ਤੁਹਾਨੂੰ ਨਿਬੇੜ ਦੇਗਾ। ਮਾਮਾ ਚੰਨੀ ਕੋਲ ਪਹਿਲਾਂ ਨੰਬਰ ਲਿਆ ਚੰਨੀ ਨਾਲ ਗੱਲ ਕਰਦਾ। ਠੀਕ ਆ ਠੀਕ ਆ। ਹਾਂ ਉਹ ਬੰਦਾ ਵਧੀਆ ਕਹਿੰਦਾ, ਉਸੇ ਤੇ ਕਰਾ ਦੇਗਾ ਦੂਸਰੇ। ਮੈਨੂੰ ਕੋਈ ਬੰਦਾ ਜਿਹਦੇ ਨਾਲ ਆਪਾਂ ਪਰਖੇ ਹੋ ਗਏ, ਬੰਦਾ ਪਰਖੇ ਹੋ ਉਹ ਠੀਕ ਰਹਿੰਦਾ ਗਾ। ਫਿਰ ਚੰਨੀ ਨਹੀਂ ਕਰਾਉਣਾ। ਚਲੋ ਵਧੀਆ ਜਵਾਕੜੀ ਦਾ ਝੱਜਰ ਟਿਕਾਣਾ ਬਣ ਜਾਏਗਾ ਤਾਂ ਕੁਛ। ਚਲ ਲਤਾਰ ਜੀ ਦਾ ਸੈੱਟ ਕੰਮ ਇੱਧਰ ਆ ਬੰਦਾ ਚੰਨੀ ਦਾ। ਹਾਂ ਕੀ ਕਰੀ ਜਾਂਦਾ ਗਾ। ਹੋਰ ਸਰਪੰਚ ਸਾਹਿਬ ਜੀ ਕਿਵੇਂ? ਠੀਕ ਹੋ? ਠੀਕ ਹੈ ਵਧੀਆ। ਕਰਨਾ ਕੀ ਉਹ ਤਾਰ ਪਾਈ ਆ, ਉਹ ਠੀਕ ਆ ਕਰੰਟ ਕਰੰਟ ਆਲੀ ਚੱਕੀ ਫਿਰਦਾ। ਹਾਂ ਕਰੰਟ ਆਲੀ ਆ, ਫਿਰ ਇਹਨੂੰ ਐਂ ਕਿ ਚੱਕੀ ਫਿਰਦਾਗਾ, ਤੇ ਮੇਰਾ ਕੰਮ ਹੀ ਇਹ ਆ। ਨਹੀਂ ਫਿਰ ਵੀ ਕਰੰਟ ਆਇਆ ਆ ਨਹੀਂ ਆਉਂਦਾ, ਉਹ ਨਵੀਂ ਤਾਰ ਆ, ਪੁਰਾਣੀ ਹੋਵੇ ਫਿਰ ਮੇਰੇ ਅੱਗੇ ਨੂੰ ਫੜ ਲੈਂਦੇ। ਨਵੀਂ ਪੁਰਾਣੀ ਤੇ ਕਈ ਵਾਰੀ ਪੁਰਾਣੀ ਨਵੀਂ ਚ ਵੀ ਹੋ ਜਾਂਦਾ, ਫਿਰ ਵੀ ਕੱਟ ਕੇ ਕਰਨਾ ਚਾਹੀਦਾ। ਨਾ 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 ਇਹ ਤਾਂ ਕੱਟੀ ਹੋਈ ਆ, ਮੈਂ ਸੋਚਤੇ ਕੱਟੀ ਹੋਈ ਆ, ਤਾਰ ਪਾਈ ਇਹਨਾਂ ਤੇ। ਅੱਛਾ ਫੇਰ ਤਾਂ ਠੀਕ ਆ। ਹਾਂ ਮੈਂ ਕਈ ਵਾਰੀ ਆਪਾਂ ਨਾ ਦਿਨ ਮਾੜੇ ਹੋਣ ਫਿਰ ਲੱਗ ਹੀ ਜਾਂਦਾ, ਫਿਰ ਤੇ ਕਹਿੰਦੇ ਉੱਠ ਤੇ ਬੈਠੇ ਨੂੰ ਕੁੱਤਾ ਕੱਟ ਜਾਂਦਾ। ਕਰਦਾ ਗਾ ਬਈ, ਇੱਕ ਦੋ ਕੰਮ ਇਹ ਵੀ ਦੇਖ ਲਏ, ਪਹਿਲਾਂ ਪੁੱਛਦੇ ਹੁੰਦੇ ਸੀਗੇ ਵੀ ਇਹ ਕਿਵੇਂ ਹੋ ਜਾਊਗਾ, ਪਰ ਹੁਣ ਅੱਖੀ ਦੇਖ ਲਏ, ਇੱਕ ਦੋ ਕੰਮ ਹੁੰਦੇ ਦੇਖ ਲਏ, ਉਹ ਜਮਾ ਜਿਹੜੇ ਕੰਮ ਦੇਖੇ ਉੱਠਦੇ ਬੈਠੇ ਨੀ ਵੱਢਿਆਗਾ। ਹਾਂ ਪਹਿਲਾਂ ਆਪਾਂ ਕਰੇ ਕਹਿੰਦੇ ਜੀ ਕਹਾਵਤਾਂ ਗੀ, ਕਹਾਵਤਾਂ ਵੀ ਕਿਸੇ ਨੇ ਸੋਚ ਸਮਝ ਕੇ ਬਣਾਈਆਂ ਗੀ। ਚੱਲ ਆ ਥੱਲੇ ਆ, ਚੱਲ ਕੋਈ ਗੱਲ ਨੀ, ਆ ਥੱਲੇ। ਚੱਲ ਚੱਲਦੇ, ਮੈਂ ਨਾ ਤੇਰੇ ਕੋਲ ਇੱਕ ਕੰਮ ਆਇਆ ਸੀਗਾ, ਤੇਰੇ ਨਾਲ ਗੱਲ ਕਰਨੀ ਮੈਂ। ਹਾਂ ਦੱਸ। ਤੇਰਾ ਰਿਸ਼ਤਾ ਕਰਾ ਦੇ ਗੀ? ਰਿਸ਼ਤਾ? ਹਾਂ ਰਿਸ਼ਤਾ ਕਰਾ ਦੇ, ਰਿਸ਼ਤਾ ਤਾਂ ਕੋਈ ਗੱਲ ਨੀ। ਠੀਕ ਆ ਠੀਕ ਆ। ਜਦੋਂ ਘਰ ਵਾਲਾ ਮਰ ਗਿਆ ਸੀਗਾ, ਉਹ ਕੁੜੀ ਨੇ ਐਵੇਂ ਕਹਿ ਦੇ
ਕਿਸੇ ਹੋਰ ਪਾਸੇ ਵਿਆਹ ਨੀ ਕਰਾਇਆ। ਮੈਂ ਜਾ ਕੇ ਦਾ ਪਾਈ ਉਹਨਾਂ ਤੇ, ਮੈਂ ਕਿਹਾ ਬੇਬੇ ਨੂੰ ਕਿਹਾ ਬੇਬੇ ਮੈਂ ਤੇਰਾ ਮੁੰਡਾ ਤਾਂ ਤੇਰਾ ਮਰ ਗਿਆ, ਵੀ ਕੁੜੀ ਨੂੰ ਤੂੰ ਵਿਆਹ ਦੇ। ਤੇ ਉਹ ਕਹਿੰਦੀ ਵਿਆਹ ਨੀ ਕਰਾਉਂਦੀ। ਫਿਰ ਮੈਂ ਕੁੜੀ ਨੂੰ ਵੀ ਸਮਝਾਇਆ, ਉਹ ਕਹਿੰਦੀ ਵੀ ਮੈਂ ਮੁੰਡੇ ਨੂੰ ਗੱਲ ਕਹੀ ਸੀ ਕਿ ਮੈਂ ਆਪਦੀ ਮਾਂ ਨੂੰ ਛੱਡ ਕੇ ਨਹੀਂ ਜਾਂਦੀ। ਹਾਂ ਸਮਝਦਾਰ ਆ, ਦੇਖ ਲਾ ਤੂੰ ਆਪ ਹੀ ਹਿਸਾਬ ਲਾ ਲਾ ਵੀ ਦੋ ਬੰਦਾ ਸਮਝਦਾਰ ਕੀ ਹੋਊਗਾ। ਅੱਜ ਕੱਲ੍ਹ ਤਾਂ ਜਿਹੜੇ ਬੰਦੇ ਆ ਬੰਦਿਆਂ ਨੂੰ ਛੱਡ ਕੇ ਭੱਜ ਜਾਂਦੀਆਂ, ਉਹ ਬਿਨਾਂ ਬੰਦੇ ਦੇ ਬੈਠੀ ਕੋਈ ਸਮਝਦਾਰੀ ਹੋਊਗੀ? ਮੈਨੂੰ ਪੈਸੇ ਦੀ ਲੋੜ ਨੀ, ਭਾਵੇਂ ਜਿਹੜੀ ਜ਼ਮੀਨ ਜਾਇਦਾਦ ਆਪਦੀ ਕੁੜੀ ਨੂੰ ਦੇ, ਮੈਨੂੰ ਉਹ ਵੀ ਨੀ ਚਾਹੀਦੀ, ਮੈਨੂੰ ਤਾਂ ਕੱਲੀ ਤੂੰ ਚਾਹੀਦੀ। ਹਾਂ ਸੇਵਾ ਕਰਨੀ ਆ, ਹਾਂ ਵੀ ਸੇਵਾ ਕਰਨੀ ਆ। ਮੈਂ ਕਿਹਾ ਕੁੜੀ ਸਮਝਦਾਰ ਤੇ ਸਿਆਣੀ ਹੈਗੀ, ਤੇ ਇੱਕ ਬਸ ਇੱਕ ਜ਼ਰੂਰ ਗੱਲ ਆ ਗਈ ਵੀ ਚਾਹੀਦਾ ਘਰ ਜਮਾਈ ਜਾਂਦਾ ਨਮੇੜਦੇ ਫਿਰ ਤੇ ਕੋਈ ਨਮੇੜਦੇ ਹਾਂ ਹਾਂ ਕਰਦੇ ਫਿਰ ਤੇ ਫਿਰ ਕੱਲ ਨੂੰ ਜੇ ਪਰਸੋਂ ਨਮੇੜ ਦੂੰ ਮੈਂ ਬਾਬਾ ਟਾਈਮ ਨਹੀਂ ਪਾਉਂਦਾ, ਜਵਾਜ ਬੁੱਕ ਤੇ ਨਹੀਂ ਨਾ ਨਾ ਕੁਛ ਨਹੀਂ ਗਾ ਨਾ ਨਾ ਕੋਈ ਨਾ ਫਿਰ ਕਰ ਚੱਕਰ ਕੋਈ ਉਹ ਸਮਝਦਾਰ ਆ। ਚਲ ਠੀਕ, ਉਹਦਾ ਨਵਾਂ ਨਵਾਂ ਵਿਆਹ ਕਰਾ ਜਾਏਗਾ ਮੁੜ ਕੇ, ਤੈਨੂੰ ਪਤਾ ਰੱਬ ਨੇ ਜਦੋਂ ਕਾ ਉਹ ਕਰ ਹਾਂ ਕਦੋਂ ਕਹਿੰਦੇ ਹੁੰਦੇ ਲਿਖੀ ਹੋਵੇ ਤੇ ਉਹ ਗੱਲ ਆ ਗਈ ਉਹਦਾ ਨਾ ਵਿਆਹ ਜਾਂ ਨਾ ਵਿਚਾਰੀ ਉਹਦੇ ਚ ਤਾਂ ਜੀਵਨ ਭਾਗ ਦੀ ਗੱਲ ਆ, ਮੌਤ ਦਾ ਸਮੇਂ ਦੀ ਗੱਲ, ਮੌਤ ਤੋਂ ਬਾਅਦ ਲੋਕਾਂ ਦੇ ਦਿਲਾਂ ਚ ਰਹਿਣਾ ਨਾ, ਇਹ ਕਰਮਾਂ ਦੀ ਗੱਲ, ਕਰਮਾਂ ਦੀ ਗੱਲ। ਕਿਹੜਾ ਚੰਗੇ ਕੰਮ ਕਰੂਗਾ ਉਹ ਲੋਕਾਂ ਦੇ ਦਿਲਾਂ ਚ ਰਹਿ ਜਾਊਗਾ, ਵੀ ਯਾਦ ਕਰੋ ਉਹੀ ਗੱਲ ਉਹਦੀ। ਚਲ ਠੀਕ ਹੈ ਕੋਈ ਗੱਲ ਦੱਸ ਦਿੱਤੀ ਬਾ ਤਾਰ ਠੀਕ ਆ। ਚਲ ਬੰਨ ਯਾਰ ਇੱਥੇ ਛੱਤੀ ਕਰੀ ਹਜੇ ਤਾਂ ਵਧੀਆ ਹੋ ਗਿਆ, ਸਫਾਈ ਹੋ ਗਈ, ਨਾਲ ਸੋਹਣਾ ਵੀ ਲੱਗਦਾ। ਕੀ ਦੇਖਿਆ ਨੀ ਤੇ ਆ ਤੇ ਦਿਨ ਮਾ ਸੋਹਣਾ ਲੱਗਦਾ। ਹਾਂ ਸੋਹਣਾ ਲੱਗਦਾ ਹੁਣ ਤਾਂ ਨਾ, ਨਾਲ ਸਫਾਈ ਹੋ ਗਈ, ਸੁੱਚਾ ਹੋ ਗਿਆ। ਹਾਂ ਇਹ ਤਾਂ ਹਾਂ। ਚਲ ਰੋਟੀ ਰੋਟੀ ਖਾ ਲਈ? ਹਾਂ ਰੋਟੀ ਖਵਾਤੀ, ਬਸ ਮੈਂ ਚਾਹ ਬਣਾਉਂਦੀ ਸੀ ਹੁਣ। ਅੱਛਾ ਹਾਂ ਚਲ ਠੀਕ ਹੈ, ਚਲ ਅੱਜ ਆ ਤਾਂ ਹੋ ਜਾਊਗਾ ਹਨਾ। ਹਾਂ ਹਾਂ ਚਲ ਆ, ਉਧਰ ਵੀ ਹੋ ਗਿਆ। ਹਾਂ ਇਧਰਲਾ ਵੀ ਹੋ ਗਿਆ, ਬਸ ਆਹੀ ਰਹਿ ਗਿਆ ਇਕੱਲਾ ਕਰਨਾ। ਬਾਵਾ ਨਮੇੜ ਤਾਂ ਕੰਮ? ਹਾਂ ਬਾਵਾ ਵਿੱਚ ਤਾਂ ਚਲ ਵਧੀਆ ਨਿਬੜ ਜੂਗਾ ਟਾਈਮ ਨਾਲ। ਵਧੀਆ, ਹੋਰ ਫਿਰ ਸਮਾਨ ਇਧਰ ਲਾ ਲਾਂਗੇ ਹਨਾ। ਚਲ ਹੁਣ ਰੋਟੀ ਤੋਂ ਬਾਅਦ ਉਹਨਾਂ ਨੂੰ ਚਾਹ ਬਣਾ ਕੇ ਦੇ ਦੀ। ਹਾਂ ਹਾਂ ਮੈਂ ਕਿਹਾ ਰੋਟੀ ਖਾਧੀ ਲਓ, ਥੋੜਾ ਟਾਈਮ ਹੋਇਆ, ਚਲ ਚਾਹ ਬਣਾ ਦੇ। ਸਮਾਨ ਉਧਰ ਕੱਢ ਕੇ ਰੱਖਦਾ? ਹਾਂ ਹਾਂ ਕੱਢਤਾ ਉਧਰ। ਚਲ ਠੀਕ ਹੈ, ਫਿਰ ਬਣਾ ਦੀ ਚਾਹ ਤੂੰ। ਧੁੱਪ ਵਧੀਆ ਹੈ ਨਾ? ਹਾਂ ਵੀ ਧੁੱਪ ਵਧੀਆ, ਇੱਥੇ ਆਰਾਮ ਜਾਂਦਾ ਹੁਣ। ਹੋਰ ਸਿਆਲ ਚ ਤਾਂ ਹੀ ਹੁੰਦਾ ਵੀ ਧੁੱਪੇ ਜਾ ਬਹਿ ਜੀਗੇ, ਬਸ ਸਿਆਲ ਦਾ ਧੁੱਪ ਬਾਅਦ ਹੈ, ਗਰਮੀ ਦੀ ਛਾਂ ਬਾਅਦ ਹੈ, ਆਪਾਂ ਕਿਹੜਾ ਮਾਣਾਂਗੇ। ਐ ਤਾਂ ਹੈ ਬੇਬੇ। ਹਾਂ ਤੇ ਆ ਦੇਖੀ ਰੰਗ ਜਾ ਵਾਵਾ ਲੱਗ ਜੂਗਾ ਹਨਾ। ਹਾਂ ਬੇਬੇ ਲੱਗ ਜੂਗਾ, 10-15 ਹਜ਼ਾਰ ਰੁਪਏ ਤਾਂ ਆਰਾਮ ਨਾਲ ਖਰਚਾ ਆ ਜੂਗਾ, ਤੇ ਇੰਨਾ ਲੱਗ ਜੂ। ਹੋਰ ਥੋੜੇ ਥੋੜੇ ਨਾਲ ਲੱਗ ਜਾਂਦਾ ਖਰਚਾ, ਤਾਂ ਆਈ ਜਾਂਦਾ। ਹਾਂ ਚਲ ਵਧੀਆ, ਸਫਾਈ ਹੋ ਜੂ ਨਾਲੇ ਮੂੰਹ ਸਿਰ ਜਾ ਬਣ ਜੂ। ਹੋਰ ਇੰਨਾ ਨਾਲ ਵਧੀਆ, ਨਾਲੇ ਸੁੱਚਾ ਜਿਹਾ ਹੋ ਜੂਗਾ, ਸਾਰਾ ਵਧੀਆ ਹੋ ਜੂਗਾ, ਸਾਫ਼ ਸਾਫ਼। ਕਿੱਡੀ ਵੱਡੀ ਪੌੜੀ ਤੇ ਚੜ੍ਹਦੇ ਮਿਸਤਰੀ, ਡਰ ਨੀ ਲੱਗਦਾ ਇਹਨਾਂ ਨੂੰ? ਡਰ ਤਾਂ ਫਿਰ ਇਹਨਾਂ ਦੇ ਕੰਮ ਦੀ ਆਦਤ ਬਣੀ ਵੀ ਹੁੰਦੀ ਆ। ਮੇਰੀ ਤਾਂ ਉਹੀ ਜਾਨ ਨਿਕਲ ਜੇ ਦਰਦੀ ਦੀ, ਚਾ ਜਾਣਾ ਪੈਂਦਾ ਲੈ। ਉਹੀ ਗੱਲ ਬੰਦੇ ਬੰਦੇ ਹੁੰਦੇ, ਬੁੜੀਆਂ ਬੁੜੀਆਂ ਹੀ ਹੁੰਦੀਆਂ ਹਨ, ਬੁੜੀਆਂ ਅੰਦਰ ਕਮਜ਼ੋਰ ਹੀ ਹੁੰਦਾ। ਹਾਂ ਤੇ ਵੀ ਤੂੰ ਕਹਿ ਤਾਂ ਸੀ ਭਾਈ ਸਾਨੂੰ ਬੁੜੀਆਂ ਠੇਰੀਆਂ ਨੂੰ ਇੰਨਾ ਹਿਸਾਬ ਨੀ, ਵੀ ਤੁਸੀਂ ਆਪਦੀ ਗੌਰ ਨਾ ਕਰ ਦਿਓ ਰੰਗ ਰੁੰਗ। ਹਾਂ ਹਾਂ ਕੋਈ ਨੀ, ਕਿਹਾ ਤਾਂ ਨੀ ਮੈਂ, ਕਹਿ ਦੂੰਗੀ। ਤੂੰ ਕਹਿ ਦੀ ਇੱਕ ਵਾਰ ਹਨਾ, ਵੀ ਫਿਰ ਵੀ ਚੱਲ। ਹਾਂ
ਵੀ ਬਈ ਕੰਮ ਵਧੀਆ ਕਰ ਦੇ ਸਾਨੂੰ ਇੰਨਾ ਕੀ ਪਤਾ ਨਾ ਸਿਆਣੇ ਨੇ ਆਪੇ ਬਿਨਾ ਕਹੇ ਕਰੀ ਜਾਂਦੇ ਵਧੀਆ ਹਾਂ ਇਹ ਤਾਂ ਹੈ ਕੰਮ ਤਾਂ ਖੈਰ ਬਹੁਤ ਅੱਛੇ ਤਾਂ ਵਧੀਆ ਸਫਾਈ ਨਾਲ ਵੀ ਕੀਤਾ ਐਤਕੀ ਤਾਂ ਵਧੀਆ ਕਰੀ ਜਾਂਦੇ ਆ ਬਿੰਦੂ ਨਹੀਂ ਬੈਠਾ ਦੇ ਕੰਮ ਹਾਂ ਇਹ ਤਾਂ ਹੈ ਵਾਹਵਾ ਕਰਤਾ ਦੇਖ ਲਾ ਇੱਕ ਦਿਨ ਛੋਟੇ ਹੋ ਗਏ ਨਾ ਅਗਲੇ ਨੂੰ ਵੀ ਆਉਂਦਾ ਵੀ ਖਿੱਚਵਾਂ ਟਾਈਮ ਆ ਬਸ ਕਰ ਦੇ ਚਲ ਵਧੀਆ ਛੇ ਦਿਨ ਵੇਟ ਕਰਨਗੇ ਦਿਨੇ ਦਿਨੇ ਵਧੀਆ ਸੁਨੇਹਾਂ ਵਗ ਜਾਣਗੇ ਹਨਾ ਹਾਂ ਕਰਨਾ ਇੰਨਾ ਨਹੀਂ ਹੈ ਕਰਨਾ ਇੰਨਾ ਨਹੀਂ ਵੇਲੇ ਕਰਨ ਕਵੇਲੇ ਕਰਨ ਉੱਥੇ ਜਵਾਕ ਰਹਿਣ ਲੱਗ ਗਏ ਚੱਲ ਅਸੀਂ ਇਧਰ ਬਾਹਰ ਨੂੰ ਆ ਗਏ ਠੀਕ ਹੈ ਨਾ ਉਹ ਜਵਾਕ ਅੰਦਰ ਅੰਦਰ ਹੀ ਸੋਹਣੇ ਲੱਗਦੇ ਆ ਠੀਕ ਚੱਲ ਬੇਬੀ ਫਿਰ ਮੈਂ ਚਾਹ ਕਰਕੇ ਦੇ ਦਾ ਉਹਨਾਂ ਨੂੰ ਹੋਰ ਚਾਹ ਦੇ ਦਾਂ ਕਿ ਚਾਹ ਬਣਾਉਣ ਦੀ ਮਾਰ ਕਿਧਰ ਵਗ ਗਈਆਂ ਹਾਂ ਇਹ ਤਾਂ ਹੈ ਚੱਲ ਬੇ ਮੈਂ ਚਾਹ ਬਣਾ ਲਾ ਬਣਾ ਲਾ ਮੈਨੂੰ ਤਾਂ ਉਰੀ ਲਿਆ ਨਹੀਂ ਘੁੱਟ ਚੰਗਾ ਠੀਕ ਚੱਲ ਠੀਕ ਹੈ ਬਣਾ ਦੇ ਲੈ ਬੇਬੇ ਰੰਗਾਂ ਕੋਲ ਬੈਠੀ ਹੈ ਹੈਂ ਦਾ ਹੋਰ ਮਖਾਏ ਕਪੜਾ ਜਾਣਾ ਕਰ ਦੇਣ ਫਿਰ ਕਹਿ ਕੇ ਪਾਉਣੀ ਵੀ ਆ ਲਾਜਵਰ ਦੇ ਵੀ ਵਿੱਚ ਪਾ ਦੇ ਕਰੋ ਸੋਹਣੀ ਲੱਗਦੀ ਚਿੱਟੀ ਕਲੀ ਚ ਨਾਲੇ ਫਿਰ ਬਾਰ ਲੱਗ ਜੂਗਾ ਕੀ ਬੋਲੋ ਸੀ ਅੰਗਰੇਜ਼ੀ ਜੀ ਮੈਂ ਠੀਕ ਹੈ ਬੇਬੇ ਹੁਣ ਬੇਬੇ ਦਾ ਮੈਨੂੰ ਪਤਾ ਬੇਬੇ ਕਿਹੜਾ ਬੇਚਾਰੀ ਜਾਣਦੀ ਆ ਬਰਖਾ ਪੈਣ ਦੀ ਗੱਲਾਂ ਆਪਾਂ ਤਾਂ ਰੰਗ ਕਰਾਈ ਜਾਂਦੇ ਆ ਹਜੇ ਮੈਂ ਤੈਨੂੰ ਇੱਕ ਮਹਾਵਤੇ ਦੱਸਿਆ ਵੀ ਇੱਟ ਚ ਰਹਿਣੀ ਹੋ ਟੂਰੇ ਅੱਜ ਬਰਖਾ ਪੈਣ ਦੀ ਸੰਭਾਵਨਾ ਤੇ ਰੱਬ ਕਹਿੰਦਾ ਮੀਂਹ ਪਾਈ ਜਾਂਦਾ ਬੇਬੇ ਕਿਹੋ ਜਿਹੀ ਗੱਲਾਂ ਕਰਦੇ ਆ ਜਦੋਂ ਦੋ ਪੈਸੇ ਲਾਵਾਂਗੇ ਹਾਂ ਦੇਖ ਲਾ ਨਾਲੇ ਇੱਧਰ ਦੇਖ ਲਾ ਨਾਲੇ ਉੱਧਰ ਦੇਖ ਲਾ ਕਿੰਨਾ ਫਰਕ ਹੈ ਦੇਖ ਲਾ ਫਰਕ ਤਾਂ ਪਊਗਾ ਹੀ ਨਾ ਇਹ ਦੇ ਗੱਲ ਹੁੰਦੀ ਹੈ ਤੇ ਆ ਜੋੜੀਆਂ ਜੋੜੀਆਂ ਤੇ ਮਰਵਾਈ ਨਹੀਂ ਲੱਗਦੇ ਹੱਥ ਕਰਾਂਗੇ ਹੌਲੀ ਹੌਲੀ ਹੋਊਗਾ ਦੇ ਵਿੱਚ ਹੀ ਰਹਿ ਜਾਂਦੀ ਆ ਗੇਟ ਗੂਟ ਬਾਹਰ ਨਾ ਹੁਣ ਬਣਾ ਦੀ ਗੱਲ ਉਹ ਵੇ ਪੁੱਤ ਪੈਸਾ ਵੀ ਚਾਹੀਦਾ ਪੈਸੇ ਆਪਦੇ ਨੂੰ ਦੇਖ ਕੇ ਲਾਉਣਾ ਪਊ ਤੈਨੂੰ ਪੈਸੇ ਲੋੜ ਆ ਜਿੰਨੇ ਘਟੇ ਵੇ ਤੇ ਮੈਥੋਂ ਲੈਣੀ ਪਰ ਰੰਗ ਨਾ ਵਿੱਚ ਰੋਕੇ ਕਰ ਦੇਗੇ ਹਾਂ ਲੈ ਚ ਕੀ ਗੱਲ ਆ ਕਿੰਨਾ ਚਾਹੀਦਾ ਮੈਨੂੰ ਦੱਸ ਦੇ ਤੂੰ ਰੰਗ ਚਾਹੀਦਾ ਰੰਗ ਦਵਾ ਦੂੰਗਾ ਨਾ ਰੰਗ ਤਾਂ ਮੈਂ ਆਪਦੀ ਪਸੰਦ ਨਾਲ ਲਿਆਉਂਗੀ 50,000 ਦੇ ਦੀ ਮੈਂ ਬਸ ਕੋਈ ਗੱਲ ਨਹੀਂ ਦੁਕਾਨ ਤੇ ਅਗਲੇ ਨੂੰ ਮਾੜਾ ਜਾ ਰੋ ਵੀ ਪਵੇ ਵੀ ਇਹ ਤਾਂ ਵੱਡੇ ਘਰ ਦੀ ਬੁੜੀ ਆ ਚੱਜ ਦਾ ਰੰਗ ਰੁੰਗ ਕਰ ਦੇ ਤੈਨੂੰ 60,000 ਦੇਊਂਗਾ 60 ਦੇਊਂਗਾ ਫਿਰ ਬੈਗ ਵਧੀਆ ਲਿਆਈ ਫਿਰ 200-400 ਨਾ ਲਿਆਈ ਜੇ ਬੈਗ ਲਿਆਉਣਾ ਚੱਜ ਦਾ ਬੈਗ ਪਾ ਕੇ ਜਾਣਾਗਾ ਫਿਰ ਘੱਟੋ ਘੱਟ 8-10,000 ਬੈਗ ਲਿਆਈ ਇੰਨਾ ਮਹਿੰਗਾ ਨੀ ਮੈਂ ਲੈਂਦੀ
ਖੁਸ਼ਖਬਰੀ ਲੈ ਕੇ ਆਇਆ ਸੀਗਾ, ਮੁੰਡਾ ਮਿਲ ਗਿਆ, ਕੱਲੇ ਹੀ ਮੁੰਡਾ ਗਾ, ਨਾ ਮਾਂ ਨਾ ਪਿਓ, ਨਸ਼ੇ ਨੁਸ਼ੇ ਨਾ ਕਰਦਾ ਹੋਵੇ ਪੁੱਤ, ਬਸ ਹੋਰ ਕੁਛ ਨਹੀਂ, ਮੈਂ ਬੈਠਾ ਨਾ, ਹਾਂ ਤਾਂ ਹੀ ਤਾਂ ਕਹਿੰਦੀ ਆ, ਤੈਨੂੰ ਕਾਹ ਦੀ ਲੋੜ ਨਹੀਂ, ਨਾ ਤੈਨੂੰ ਮੁੰਡਾ ਦੇਖਣ ਦੀ ਲੋੜ ਆ, ਤੈਨੂੰ ਕਾਹ ਦੀ ਲੋੜ ਨਹੀਂ, ਠੀਕ ਹੈ, ਜੇ ਕੋਈ ਕੱਲ ਨੂੰ ਸ਼ਿਕਾਇਤ ਹੋਈ ਤਾਂ ਮੈਨੂੰ ਫੜ ਲਈ, ਹਾਂ ਮੜਾ ਮੜਾ ਛੇਤੀ ਕਰ, ਅੱਗੇ ਬਹੁਤ ਲੇਟ ਹੋ ਗਿਆ ਕੰਮ, ਕੱਲ ਨੂੰ ਨਿਬੇੜਦੇ ਆ, ਕੱਲ ਨੂੰ ਨਿਬੇੜਦੇ, ਮੇਰੇ ਪੰਨੇ ਤੋਂ ਮੈਂ ਅੱਜ ਹੀ ਨਿਬੇੜਦੇ, ਜਾਂ ਫਿਰ ਕੱਲ ਨੂੰ ਨਿਬੇੜਦੇਗੇ, ਕੱਲ ਨੂੰ ਆਪਾਂ ਨਿਬੇੜ ਦੇਣਾ, ਬਸ ਆਪਾਂ ਕਿਹੜਾ ਕਿਸੇ ਨੂੰ ਉਹ ਕਰਨਾ, ਕਿਹਾ ਗੁਰਦੁਆਰੇ ਜਾਵਾਂਗੇ, ਚਾਰ ਮੰਦੇ ਆਨੰਦ ਕਾਰਜ ਕਰਾ ਕੇ ਚੱਲ ਮਿਲ ਪਾਈ, ਬਸ ਆਇਆ ਨਾ ਅੱਗੇ ਆਪਦੀ ਕੁੜੀ ਨੇ ਮੇਰੀ ਨੇ ਠੱਲ ਮਾਰਤੀ, ਕੰਮ ਤਾਂ ਪਹਿਲਾਂ ਵੀ ਵਧੀਆ ਸੀ, ਜਾਣ ਕੇ ਕਹਿਤਾ ਉਹਨੇ, ਤੇ ਸਾਰੀਆਂ ਗੱਲਾਂ ਤੇ ਕੀ ਕਰੀ ਜਾਂਦੀ ਚਿੱਠੀ ਚੁੰਨੀ, ਕੰਮ ਕਰੀ ਜਾਂਦੇ ਅੰਦਰ ਸੰਭਰਨ ਲੱਗਦੀ ਸੀਗੀ ਮੈਨੂੰ, ਤਾਂ ਹੀ ਮੈਂ ਬਾਹਰ ਬਹਿ ਗਈ, ਮੈਂ ਕਰਦੀ ਜੀ ਪਊਗੀ, ਕਹਿੰਦੀ ਮਾਂ ਤੂੰ ਬਾਹਰ ਹੀ ਬਹਿ ਜਾ, ਅੱਛਾ ਹੂੰ ਯਾਰ ਠੀਕ ਹੋ, ਸਿਆਣੀ ਬਹੁਤ ਆ ਚਿੱਟੀ ਚੁੰਨੀ, ਆ ਚਿੱਟੀ ਚੁੰਨੀ ਦੀ ਕਿਸੇ ਲਈ ਆਈ ਹੋਈ ਆ ਉਹ ਲੰਬੋ ਜੀ, ਬੇਬੇ ਤੂੰ ਵੀ ਚਿੱਟੀ ਚੁੰਨੀ ਕਹਿਣ ਲੱਗ ਗਈ, ਮੈਂ ਤਾਂ ਨਾ ਹੀ ਧਾਰਲਾ ਚਿੱਟੀ ਚੁੰਨੀ, ਜੋ ਤੂੰ ਕਹੀ ਜਾਣਾ ਉਹ ਜਿਵੇਂ ਕੋਈ ਆਇਆ ਸੀ ਨਾ ਮੰਗਤਾ, ਉਹ ਆਦੀ ਨੂੰਹ ਨੂੰ ਗਾਲਾਂ, ਆਦੀ ਧੀ ਨੂੰ ਗਾਲਾਂ ਦੇ ਕੇ ਨਹੀਂ ਬੈਲਣੇ ਐਂ ਕਰ ਲਾ, ਉਹ ਕਹਿੰਦੇ ਕਿ ਪਰਾਂ ਵਗਦਾ ਵੀ ਮੈਨੂੰ ਅਰਖ ਚੜਿਆ ਪਿਆ, ਕਹਿੰਦਾ ਬੈਲਣ ਨੂੰ ਕਹਿੰਦੇ, ਉਹ ਡੰਡਾ ਲੈ ਕੇ ਮਗਰ ਪੈ ਗਈ, ਕਹਿੰਦੀ ਤੂੰ ਕਿਉਂ ਕਹਿਣਾ, ਕਹਾ ਤੂੰ ਕੋਈ ਕਹਿੰਦੀ ਆ ਫਿਰ, ਅੱਛਾ ਐਂ ਗੱਲ ਹੈ, ਫਿਰ ਜਦੋਂ ਤੂੰ ਚਿੱਟੀ ਚਿੰਨੀ ਕਰੀ ਜਾਂਦਾ ਮੇਰੇ ਵੀ ਮੂੰਹ ਚੜ ਗਿਆ, ਤਾਂ ਕਹਿ ਬੈਠੀ ਮੈਂ, ਗੱਲਾਂ ਨਾ ਕਹਿ ਵੀ ਜਾਂਦੀ ਆ, ਬੋਲ ਵੀ ਕਰ ਜਾਂਦੀ ਆ, ਬੇਬੇ ਬਾਲੀ ਉਹ ਮੇਰੀ, ਬਾਲੀ ਉਹ ਕੀ ਆ, ਮੇਰੀ ਤਾਂ ਨੂੰਹ ਆ ਪਰ ਮੈਂ ਧੀ ਬਣਾ ਕੇ ਰੱਖਣੀ ਆ, ਤਾਂ ਹੀ ਉਹਦਾ ਵਿਆਹ ਕਰੂੰ, ਜੇ ਧੀ ਬਣਾ ਕੇ ਰੱਖਣੀ ਆ ਤੇ ਮੇਰੀ ਵੀ ਧੀ ਆ, ਤਾਂ ਹੀ ਤੁਰਿਆ ਫਿਰਦਾ, ਨਹੀਂ ਕਿਉਂ ਕਿਹੜਾ ਮਾਰਦਾ ਗੇੜੇ, ਹਾਂ ਉਹੀ ਤਾਂ ਗੱਲ ਹੈ ਪੁੱਤ, ਚਲ ਕੋਈ ਗੱਲ ਨਹੀਂ, ਇੱਥੇ ਕੀ ਰਹਿ ਜਾਣਾਗਾ, ਬਸ ਮੈਨੂੰ ਤਾਂ ਤੇਰੇ ਭਰੋਸਾ ਹੈ, ਬਾਕੀ ਰਹੀ ਗੱਲ ਆ ਜਿਹੜੇ ਤੂੰ ਪੈਸਿਆਂ ਦੀ ਕਹਿੰਦੀ ਸੀ, ਜਿੰਨੇ ਲੋੜ ਆ ਲੈ ਲਈ, ਮੈਂ ਚੌੜ ਨੀ ਕਰਦਾ ਸੀਗਾ, ਸੱਚੀ ਸੱਚੂਗੇ ਕਹਿਣਾ ਮੈਂ, ਮੈਨੂੰ ਟੈਕ ਨਾ ਹੋ ਜੇ, ਜਿੰਨੇ ਵੀ ਲੋੜ ਹੋਈ, ਵੀਹ ਪੰਜਾਹ ਲੱਖ ਜਿੰਨੇ ਵੀ ਲੋੜ ਹੋਈ ਰਕਮ ਤੈਨੂੰ ਦੇ ਦੂੰਗਾ, ਜਦੋਂ ਤੋਰੀ ਲੈ ਪੂਰਾ ਕਰੀ ਪੂਰਾ ਕਰਾਂਗੇ, ਠੀਕ ਹੈ, ਜਿਹੜੀ ਚੀਜ਼ ਦੀ ਇੱਥੇ ਲੋੜ ਆ ਉਹ ਵੀ ਬਣਾ ਦੇ, ਹੁਣ ਕੱਲ ਨੂੰ ਐਵੇਂ ਕਿਸੇ ਦਾ ਤਿੰਨ ਪੰਜ ਟਾਈਮ ਹੈ ਨੀਗਾ, ਆਪਦੇ ਘਰ ਚੀਜ਼ ਹੈਗੀ ਤਾਂ ਕਰ ਲਓ, ਤੇ ਨਹੀਂ ਦੂਜੇ ਦਿਨ ਦੋ ਦਿਨ ਵਿੱਚ ਪਾਣੀ ਵੀ ਭਰਨਾ ਕਿਸੇ ਦੋ, ਅਗਲਾ ਦੋ ਦਿਨ ਭਰਾ ਦੋ, ਚਾਰ ਦਿਨ ਭਰਾ ਦੂਗਾ, ਤੈਨੂੰ ਪਤਾ ਹੀ ਪਤਾ, ਅਗਲਾ ਹੋਰ ਔਖਾ ਦਾ ਬੰਦੇ ਵੀ ਤਾਂ ਰੋਜ਼ ਹੀ ਆਉਂਦੇ ਰਹਿੰਦੇ, ਪੈਣ ਵੀ ਨੀ ਦਿੰਦੇ, ਅਗਲਾ ਬਸ ਠੀਕ ਹੈ, ਅਗਲਾ ਆਪਦੇ ਘਰੇ ਰੈਸਟ ਕਰਦਾ ਪਿਆ ਹੁੰਦਾ ਹਨਾ, ਆਪਾਂ ਜਾ ਕੇ ਬਾਲਟੀ ਲੈ ਕੇ ਕੱਢੋ, ਬੁਰਾ ਲੱਗਦਾ ਇਹ ਕੰਮ ਤਾਂ, ਚੱਲ ਠੀਕ ਹੈ ਬੇਬੇ, ਫਿਰ ਮੈਂ ਉਹਦੇ ਕੋਲ ਵੀ ਜਾ ਕੇ ਮੁੰਡੇ ਕੋਲ ਚੈਨ ਮੈਂ ਫੋਨ ਲਾਊਂਗਾ, ਫਿਰ ਆਪਾਂ ਗੱਲ ਤੇ ਰੱਖ ਦਿੰਦੇ, ਠੀਕ ਹੈ, ਬਸ ਠੀਕ ਹੈ, ਹਾਂ ਜੇ ਤੁਸੀਂ ਕੋਈ ਬਸ ਕਰਨ ਦੀ ਕਰ, ਹੁਣ ਪੁੱਤ ਬਣ ਕੇ ਕੱਟਾ, ਕੱਲ ਨੂੰ ਜੇ ਕੋਈ ਸਮਾਨ ਲਿਆਉਣਾ ਤੂੰ ਆਪਦੀ ਗੱਲ ਚਿੱਠੀ ਚੁੰਨੀ ਨਾਲ ਗੱਲ ਕਰ ਲੈ, ਜਾ ਕੇ ਜੇ ਸਮਾਨ ਲਿਆਉਣਾ ਅੱਜ ਲਿਆਓ, ਕੱਲ ਨੂੰ ਨਿਬੇੜ ਦੂੰਗਾ, ਬਸ ਜੇ ਕੋਈ ਪੈਸੇ ਟੱਕੇ ਦੀ ਲੋੜ ਹੋਈ ਫੋਨ ਲਾ ਦੀ, ਘਰੇ ਪਹੁੰਚ ਜਾਣ, ਬਸ ਠੀਕ ਹੈ ਠੀਕ ਹੈ, ਐਂ ਤਾਂ ਮੈਨੂੰ ਪਤਾ ਹੈ, ਕਾਸੇ ਨੂੰ ਜਵਾਬ ਨਹੀਂ ਦਿੱਤਾ, ਜਿਉਂਦਾ ਰਹੇ ਵੱਡੀ ਸਾਰੀ ਉਮਰ ਕਰੇ ਪਰਮਾਤਮਾ ਜੀ, ਜਿਵੇਂ ਹੋਰਾਂ ਦੀ ਮਦਦ ਕਰਦਾ ਵਾਹਿਗੁਰੂ ਇਹਦੀ ਵੀ ਕਰੇ, ਕਿਸੇ ਕੰਮ ਚ ਇਹਨੂੰ ਉਡੀਕਾਂ ਲੱਗੇ, ਐਂ ਹੁੰਦੇ ਰਹਿਣ ਵਾਹਿਗੁਰੂ ਦੀ ਕਿਰਪਾ ਨਾਲ। ਕਰਦਾ ਪਹਿਲਾਂ ਕੱਖ, ਆ ਕਿਹੜਾ ਲੱਗਿਆ ਪਿਆ ਹੈਗਾ, ਸੋਨੀ ਹੈ ਕਿਸਾਂਕੋ, ਤੂੰ ਕੀ ਕਰਦੇ ਆ, ਸਤਿ ਸ੍ਰੀ ਅਕਾਲ ਦਾ, ਠੀਕ ਆ, ਤੂੰ ਕੀ ਕਰੀ ਜਾਂਦੀ ਹੈ, ਆ ਦੇਖ ਲੋ ਜੀ ਕੀ ਕਰੀ ਜਾਂਦੀ, ਹੋਰ ਲਈ ਜਾਂਦੀ,
ਉਹ ਖੋਆ ਕੀ ਰਾਜੀ ਨੇ ਪਾ ਕੇ ਬੂਟ ਤੇ ਪਾ ਕੇ ਜਰਾਬਾਂ ਸੰਨੀਆਂ ਐ ਨੀ ਰਲਦੀਆਂ ਹੁੰਦੀਆਂ ਆ ਜਾ ਇੱਧਰ ਇੱਧਰ ਆ ਜਾ ਮੈਨੂੰ ਪਤਾ ਹੁੰਦਾ ਜਦੋਂ ਘਰੇ ਵੀ ਸੰਨੀ ਦਾ ਟਾਈਮ ਹੋ ਗਿਆ ਰਾਮੂ ਕਿੱਥੇ ਰਾਮੂ ਪਤਾ ਨੀ ਕਿੱਥੇ ਗਿਆ ਤਾਂ ਹੀ ਤਾਂ ਮੈਨੂੰ ਸਰਪੰਚਨੀ ਨੇ ਲਾਤਾ ਕਹਿੰਦੀ ਉਹ ਮਾੜੀ ਜੀ ਕਹਿੰਦੀ ਸੰਨੀ ਰਲਾ ਦੇ ਮੈਂ ਚੱਲ ਕੋਈ ਨਾ ਰਲਾ ਦਿੰਦੀ ਉਹਨੇ ਦੇਖਿਆ ਸੀ ਵੀ ਬਾਈ ਦਾ ਬੂਟ ਬੈਠੇ ਆ ਬੂਟਾਂ ਪਾ ਕੇ ਸੰਨੀਆਂ ਨਹੀਂ ਰਲਦੇ ਹੁੰਦੇ ਫਿਰ ਕੀ ਹੋ ਗਿਆ ਹੁਣ ਤਾਂ ਮੈਨੂੰ ਵਧੀਆ ਲੱਗਦਾ ਪਸ਼ੂ ਰੱਖਣੇ ਤਾਂ ਬੜੇ ਵਧੀਆ ਲੱਗਦੇ ਆ ਚੱਲ ਹੁਣ ਤੂੰ ਐ ਕਰ ਨਹਾ ਲਾ ਤੇ ਕੱਪੜੇ ਬਦਲਣ ਨਾਲੇ ਚਿੱਟੀ ਚੁੰਨੀ ਲਾ ਦੇ ਠੀਕ ਹੈ ਤਿਆਰ ਹੋ ਜਾ ਵਧੀਆ ਤੇ ਆਪਾਂ ਗੁਰਦੁਆਰੇ ਜਾਣਾ ਠੀਕ ਹੈ ਫਿਰ ਚੱਲ ਮੈਂ ਹੁਣੀ ਤਿਆਰ ਤੇ ਨਾਲੇ ਤਾਂ ਮੈਂ ਕੱਪੜੇ ਲੀੜੇ ਲਾ ਦੂੰਗੀ ਨਹਾਉਣਾ ਨਹਾ ਕੇ ਤੇ ਫਿਰ ਉੱਥੇ ਲਾਵਾਂ ਨੂੰ ਫੇਰੇ ਫੂਰੇ ਬੜੇ ਵਧੀਆ ਲੀੜੇ ਚਾਹੀਦੇ ਕਿ ਨਹੀਂ ਇਹੋ ਜਿਹੇ ਥੋੜੀ ਪਾਉਂਗੀ ਰੱਬ ਨੇ ਮਸਾਂ ਦਿਨ ਲਿਆਂਦਾ ਚੱਜ ਨਾਲ ਤਿਆਰ ਹੋ ਜੀ ਠੀਕ ਹੈ ਫਿਰ ਚੱਲ ਹੁਣੀ ਚੰਗਾ ਫਿਰ ਤਿਆਰ ਹੋ ਜਾ ਬਸ ਤੂੰ ਤੇ ਮੈਂ ਵੀ ਆਪਦਾ ਨਹਾਉਣੀ ਆ ਕੱਪੜੇ ਬਦਲਦੀ ਆ ਚੱਲ ਚੱਲਦੇ ਆ ਆਪਾਂ ਪੁੱਤਰ ਠੀਕ ਹੋ ਕੇ ਬਹਿ ਜਾਏਗਾ ਤੂੰ ਮੈਂ ਤੇਰੀ ਮਾਂ ਮੈਂ ਸੱਸ ਨੀ ਹੈਗੀ ਤੇਰੀ ਸਵਾਰ ਕੇ ਬਹਿ ਜਾ ਤੇ ਐਂ ਕੀ ਹੋ ਗਿਆ ਜੀ ਪੁੱਤਰ ਏ ਮਾਂ ਪਿਓ ਨੂੰ ਕੀ ਗੱਲਬਾਤ ਹੋ ਗਈ ਸੀ ਮਾਂ ਪਿਓ ਨੂੰ ਉਹ ਤੇ ਐਕਸੀਡੈਂਟ ਹੋ ਗਿਆ ਸੀ ਉਹ ਕਪਾਲ ਮੋਚਣ ਗਏ ਸੀ ਇੱਕ ਵਾਰੀ ਉਹ ਟਰੱਕ ਜਿਹਾ ਨੀ ਪਲਟਿਆ ਸੀ ਹਾਂ ਉਦੋਂ ਉਹ ਟਰੱਕ ਪਲਟ ਗਿਆ ਸੀ ਉਹਦੇ ਚ ਡੈਥ ਹੋ ਗਈ ਦੋਨਾਂ ਦੀ ਹੋਈ ਹੈ ਹਾਂ ਦੱਸ ਕਿੰਨਾ ਮਾੜਾ ਕੰਮ ਹੋਇਆ ਬਹੁਤ ਮਾੜਾ ਕੀਤਾ ਇਹਦਾ ਰੱਬ ਨੇ ਹਾਂ ਵੀ ਜੋ ਮਨਜ਼ੂਰ ਸੀ ਪਰਮਾਤਮਾ ਨੂੰ ਹੁੰਦਾ ਤਾਂ ਉਹੀ ਆ ਫਿਰ ਉਦੋਂ ਬਾਅਦ ਔਖਾ ਜਿਹਾ ਹੋ ਗਿਆ ਮੈਂ ਇਕੱਲਾ ਮੁੰਡਾ ਸੀ ਠੀਕ ਹੈ ਤੇ ਹੋਰ ਭੈਣ ਵੀ ਨੀ ਕੋਈ ਹਾਂ ਭੈਣ ਹੈਗੀ ਆ ਅੱਛਾ ਵਿਆਹੀ ਵੀ ਹਾਂ ਵਿਆਹੀ ਹੋਈ ਹੈ ਠੀਕ ਹੈ ਤੇ ਕੰਮ ਕੀ ਕਰਦਾ ਪੁੱਤ ਹੁਣ ਮੈਂ ਬਿਜਲੀ ਦੇ ਕਰਦਾ ਅੱਛਾ ਆ ਫੀਟਿੰਗ ਫੂਟਿੰਗ ਹੋ ਗਈ ਸਾਰਾ ਬਿਜਲੀ ਦਾ ਕੰਮ ਆ ਫਿਰ ਇਹ ਤਾਂ ਕੰਮ ਵਧੀਆ ਹੁੰਦਾ ਹੈ ਹਾਂ ਵੀ ਵਧੀਆ ਕੰਮ ਆ ਵਧੀਆ ਬਣ ਜਾਣਾ ਤੇ ਆਪਣੇ ਕੋਲ ਨਾ 4 ਕਿੱਲੇ ਜ਼ਮੀਨ ਦੇ ਪੁੱਤ ਹੈ
ਦੇਖੋ ਤਾਂ ਤਾਂ ਹੀ ਕਰਨਾ ਹਰ ਘਰ ਦਾ ਵੀ ਤੇ ਬਾਹਰਲਾ ਵੀ ਤੇ ਇਹ ਵੀ ਕਰ ਰਹੀ ਜਾਈ ਆਪਦਾ ਤੇ ਉਹ ਜ਼ਮੀਨ ਆਪਾਂ ਦਿੰਦੇ ਹਾਂ ਠੇਕੇ ਤੇ 1,20,000-25,000 ਤਾਈਂ ਆ ਜਾਂਦਾ। ਮੈਂ ਕਹਿੰਦੀ ਜੇ ਤੂੰ ਕਰ ਲਿਆ ਕਰੇ ਤਾਂ ਸਾਰਾ ਕੁਛ ਘਰੇ ਰਹੂਗਾ, ਬਚੇ ਨੀ ਦੋ ਤਿੰਨ ਮਹੀਨੇ ਠੀਕ ਰਹੇ ਆ ਵਿਚਾਰੇ, ਪਰ ਮੰਜੇ ਤੇ ਫਿਰ ਔਖਾ ਔਖਾ ਮੰਜੇ ਦੇ ਪੈ ਗਏ, ਨਾਲੇ ਉਹ ਨੀ ਰਹੇ ਨਾਲੇ ਪੈਸਾ ਵੀ ਲੱਗ ਗਿਆ। ਚੱਲ ਪੈਸੇ ਹੁਣ ਕਿਹੜਾ ਲੱਗਣਾ ਸੀ, ਉਹ ਤਾਂ ਲੱਗ ਹੀ ਗਿਆ, ਕਿਸੇ ਬਹਾਨੇ ਨਿਕਲ ਗਏ ਪੈਸੇ। ਚੱਲ ਉਹ ਤਾਂ ਬਚ ਰਹਿੰਦੇ ਪੈਸਿਆਂ ਦਾ ਤਾਂ ਕੋਈ, ਇਹ ਤਾਂ ਹੱਥਾਂ ਦੀ ਮੈਲ ਹੁੰਦੀ ਆ ਆਉਂਦੀ ਜਾਂਦੀ ਆ। ਹਾਂ ਪੈਸੇ ਤਾਂ ਮੈਂ ਕਮਾਉਣੇ ਆ, 20-25,000 ਰੁਪਏ ਮਹੀਨੇ ਦਾ ਬਣ ਹੀ ਜਾਂਦਾ ਮੈਨੂੰ। ਫਿਰ ਤੂੰ ਐ, ਮੈਂ ਐ ਕਹਿੰਦੀ ਆ ਪੁੱਤ ਵੀ ਦੇਖ ਤੂੰ ਆਪਦਾ ਜ਼ਮੀਨ ਦਾ ਨਾ ਵੀ ਆਪ ਹੀ ਵਾਹ ਬੀਜ ਲਿਆ ਕਰੀ, ਆਪਾਂ ਨੂੰ ਕੀ ਲੋੜ ਆ ਫਿਰ ਠੇਕੇ ਦੇਣ ਦੀ। ਹੈਂ ਹਾਂ ਵੀ ਆਪ ਬੀਜ ਲਿਆ ਕਰਾਂਗੇ, ਕੋਈ ਗੱਲ ਨੀ, ਉਹ ਤਾਂ ਬੀਜ ਲਿਆ ਕਰਾਂਗੇ। ਨਾਲੇ ਜ਼ਮੀਨ ਦਾ ਕਿਹੜਾ ਰੋਜ਼ ਹੀ ਕਰਨਾ, ਵਾਹ ਕਰਕੇ ਤੇ ਆਪਦਾ ਆਪਦਾ ਨਾਲੇ ਆਹ ਬਿਜਲੀ ਦਾ ਕੰਮ ਕਰਦਾ ਰਹੇ, ਇਹ ਵੀ ਕਿਹੜਾ ਆਪਾਂ ਛੱਡਣਾ। ਹਾਂ ਬਿਜਲੀ ਬੀਬੀ ਹੁਣ ਪਿੰਡ ਬਦਲਿਆ ਗਿਆ, ਹੁਣ ਤੇ ਇੱਥੇ ਕਿਹੜਾ ਜਾਣ ਪਛਾਣਾ ਮੇਰੀ, ਉੱਥੇ ਤੇ ਫੋਨ ਕਰ ਦਿੰਦੇ ਸੀ ਮੈਨੂੰ ਬਈ ਆਇਆ ਸਾਡੇ ਘਰੇ ਠੀਕ ਕਰ ਜਾ, ਐਂ ਕਰ ਜਾ। ਇੱਥੇ ਹੁਣ ਜਾਂ ਦੁਕਾਨ ਤੇ ਲੱਗਣਾ ਪਊ ਕਿਸੇ ਦੇ, ਜਾਂ ਉਹ ਨਹੀਂ ਟਾਈਮ ਤੇ ਲੱਗੂਗਾ ਇੱਥੇ। ਓਹੋ ਪੁੱਤ ਜਾਣ ਪਛਾਣ ਤਾਂ ਵਾਧੂ ਬਣ ਜੂਗੀ। ਹਾਂ ਆਪਾਂ ਉਰੇ ਰਹਿਣਾ, ਤੂੰ ਹੁਣ ਮੈਂ ਤੂੰ ਕਿਹੜਾ ਜਮਾਈ ਨੀ ਮੈਂ ਬਣਾਇਆ ਤੈਨੂੰ, ਹੁਣ ਤੈਨੂੰ ਮੈਂ ਪੁੱਤ ਲਿਆ ਗੋਦ ਲਿਆ ਤੈਨੂੰ। ਹਾਂ ਬੇਬੇ ਉਹ ਠੀਕ ਹੈ, ਹੁਣ ਤੈਨੂੰ ਵੀ ਮਾਂ ਛੱਡ, ਹੁਣ ਦੁਕਾਨ ਪਾ ਲਾਂਗੇ ਜਾ ਇੱਥੇ ਸਾਹਮਣੇ। ਦੁਕਾਨ ਪਾ ਲਈ, ਮੈਨੂੰ ਸਭ ਕੁਛ ਰੱਬ ਦਾ ਦਿੱਤਾ, ਸੰਭਾਲਣਾ ਨਹੀਂ ਸੀ ਕੋਈ, ਹੁਣ ਤੂੰ ਆ ਗਿਆ ਸਾਰਾ ਕੁਛ ਸਾਮੀ ਤੇਰੇ ਹੀ ਹੈ ਰੱਬ ਸਪੁੱਤ। ਨਾ ਠੀਕ ਹੈ ਕੋਈ, ਠੀਕ ਹੈ ਨਾ। ਬਸ ਮੈਨੂੰ ਐ ਹੋ ਗਿਆ, ਘਰ ਚ ਅਸੀਂ ਕੱਲੀਆਂ ਸੀਗੀਆਂ ਮਾਂ ਧੀਆਂ ਹੀ, ਧੀ ਆ ਹੁਣ ਮੇਰੀ, ਉਹਨੂੰ ਮੈਂ ਨੂੰਹ ਨੀ ਸਮਝਦੀ, ਧੀ ਆ ਉਹ ਮੇਰੀ, ਤੇ ਐ ਹੁੰਦਾ ਕਦੇ ਵੇਲੇ ਵੇਲੇ ਮੈਂ ਬਵਾਠ ਮਾਰ ਹੋ ਜਾਂਦੀ ਆ, ਉਹਨੂੰ ਕਿਹੜਾ ਕੁਛ ਦੁਖਦਾ ਨੀ, ਉਹਦਾ ਵੀ ਕੁਛ ਦੁਖਣ ਲੱਗ ਜਾਂਦਾ ਤੇ ਫਿਰ ਗੁਆਂਢੀਆਂ ਨੂੰ ਬਾਜ ਮਾਰਨੀ ਪੈਂਦੀ ਹੈ ਨਾ, ਕਿੱਥੇ ਘਰ ਦਾ ਆਪਦਾ ਹੀ ਲੈ ਜੀ। ਹਾਂ ਬੇਬੇ ਫਰਕ ਤਾਂ ਹੁੰਦਾ ਬੰਦੇ ਦਾ, ਹੁਣ ਬਜ਼ੁਰਗ ਹੁੰਦੇ ਕਹਿੰਦੇ ਘਰ ਦਾ ਜਿੰਦਾ ਹੁੰਦੇ, ਹੁਣ ਤੂੰ ਵੀ ਜੇ ਨਾ ਹੋਈ ਤੇ ਤਾਂ ਵੀ ਸਾਡਾ ਜਿੰਦਾ ਇੱਕ ਤਰ੍ਹਾਂ ਦਾ ਹੈ ਹੀ ਨੀ, ਹੁਣ ਤੂੰ ਇੱਥੇ ਬੈਠੀ ਤੇ ਹੈਗੀ ਆ, ਬੰਦਾ ਆਪਦੀ ਥਾਂ ਤੇ, ਕਿਹੜਾ ਬਜ਼ੁਰਗ ਹੁੰਦਾ ਉਹ ਵੀ ਆਪਦੀ ਥਾਂ। ਹਾਂ ਪੁੱਤ ਸਿਆਣੇ ਤਾਂ ਹੀ ਕਹਿੰਦੇ ਆ ਵੀ ਵੱਡੇ ਬਜ਼ੁਰਗ ਤਾਂ ਘਰ ਦਾ ਜਿੰਦਾ ਹੀ ਹੁੰਦੇ ਨੇ। ਵੈਸੇ ਮੈਂ ਤੁਹਾਨੂੰ ਕੰਮ ਕੁੰਮ ਇੱਥੇ ਕੁਛ ਨੀ ਹੁੰਦਾ, ਮੈਂ ਤਾਂ ਬੈਠੀ ਆ। ਨਾ ਬੇਬੇ ਤੂੰ ਫਿਕਰ ਹੀ ਨਾ ਕਰਿਆ, ਕੰਮ ਕੁੰਮ ਤੇ ਕਰਾਉਂਦੇ ਵੀ ਨੀ ਅਸੀਂ, ਅਸੀਂ ਕੀ ਕਰਾਉਣਾ ਕੰਮ ਤੋਂ। ਮੈਨੂੰ ਪੁੱਤ ਦੇਤਾ, ਮੈਨੂੰ ਮਾਂ ਪਿਓ ਦੇਤਾ। ਚੱਲ ਠੀਕ ਹੈ ਪੁੱਤ, ਚਾਹ ਬਣਾ ਦਾ ਮੈਂ। ਨਾ ਗਈ ਹੋਈ ਆ, ਕੀ ਨਾਮ ਦਾ? ਰਮਨ ਗਈ ਹੈ ਚਾਹ ਬਣਾ। ਠੀਕ ਹੈ, ਚਲ ਹਜੇ 1-2 ਦਿਨ ਭਾਵੇਂ ਆਰਾਮ ਕਰ ਲੈਂਦੇ, ਕੋਈ ਗੱਲ ਨੀ, ਥੱਕੀ ਪਈ ਉਹ ਵੀ ਵਿਆਹ ਚ, ਮੈਂ ਕਿਹੜਾ ਕੁਛ ਕਰੀ ਜਾਂਦੇ, ਇਹਨਾਂ ਨੇ ਤਾਂ ਪਾਲਾ ਗਾਹ ਪਾ ਛੱਡਿਆ, ਚਾਹ ਹੀ ਨੀ ਲੋਟ ਆਉਂਦੀ ਇਹਨਾਂ ਦੀ। ਚਲੋ ਤਾਂ ਪੀਣੀ ਆ ਚਾਹ ਪਾਣੀ, ਚਾਰ ਚਾਰ ਵਾਰੀ ਚਾਹ ਮੰਗਦੇ ਆ। ਚਲ ਬੇਬੇ ਚਾਹ ਤੇ ਪੀਣਗੇ, ਔਰ ਠੰਡਾ ਨਾ ਹੁਣ ਕੰਮ ਵਧੀਆ ਕਰ ਦੇਣ, ਚਾਹ ਰੋਟੀ ਤਾਂ ਕੋਈ ਗੱਲ ਨੀ ਹਨਾ। ਰੰਗ ਚੱਲ ਪੁੱਤ ਬਾਲਾ ਹੀ ਵਧੀਆ, ਤੂੰ ਤਾਂ ਨਾ ਬਾਲਾ ਵੱਡਾ ਪੁੰਨ ਖੱਟ ਲਿਆ ਤੂੰ। ਵਧੀਆ, ਬਹੁਤ ਵਧੀਆ ਸਿਆਣਾ ਮੁੰਡਾ, ਸਾਊ ਹੈ, ਕੋਈ ਨਸ਼ਾ ਪੱਤਾ ਨੀ, ਕੁਛ ਨੀ,
ਤੇ ਮੈਂ ਕਿਹਾ ਜ਼ਮੀਨ ਦਾ ਤੂੰ ਆਪ ਹੀ ਸਾਂਭ ਲਾ ਭਾਈ, ਹੁਣ ਆਪ ਹੀ ਕਰ ਲਾ। ਮੇਰਾ ਜਿਹੜਾ ਫਰਜ਼ ਸੀ ਮੈਂ ਉਹਦਾ ਪੂਰਾ ਕਰਤਾ, ਹੁਣ ਰਹਿ ਗਈ ਛੋਟੀ ਘਰ ਦੀ, ਉਹ ਜਿਵੇਂ ਤੁਹਾਨੂੰ ਚੰਗਾ ਲੱਗਦਾ। ਹਾਂ ਵੈਸੇ ਜਿਹੜੀ ਗੱਲ ਇੱਕ ਗੱਲ ਜ਼ਰੂਰ ਕਹਿ ਸਕਦੇ ਆਪਾਂ, ਜੇ ਬਾਈ ਘਰੇ ਕਰ ਲੂਗਾ ਉਹ ਵੀ ਠੀਕ ਹੈ, ਚੰਗਾ ਹੈ ਤੇ ਬਾਕੀ ਸਿਰੇ ਬਿਜਲੀ ਦਾ ਕੰਮ ਜਾਣਦਾ ਇੱਥੇ ਦੁਕਾਨ ਪਾ ਕੇ ਬਹਿ ਜਾਊਗਾ, ਨਾਲ ਉਹ ਚੱਲੀ ਜਾਊਗਾ। ਕਹਿੰਦਾ ਸੀ ਮੈਂ ਜ਼ਮੀਨ ਦਾ ਤਾਂ ਹੁਣ ਆਪਾਂ ਠੇਕੇ ਦਿੰਦੇ ਨੇ, ਤੂੰ ਕਰ ਲਿਆ ਕਰੀ ਜੇ ਕਰੇਗਾ ਤਾਂ। ਕਹਿੰਦਾ ਮੈਂ ਕਰ ਲਿਆ ਕਰੂ, ਤੁਹਾਨੂੰ ਟਰੈਕਟਰ ਤਾਂ ਨੀ ਕਿਸੇ ਲਿਆਉਣਾ, ਟਰੈਕਟਰ ਆਪਣੇ ਕੋਲ ਹੈਗਾ, ਵਾਹ ਵਾਹ ਹੀ ਆਪਾਂ ਕਰਦੇ ਕਰਾਂਗੇ, ਬਸ ਫਿਰ ਤੇਲ ਪਾ ਲਿਆ ਕਰੋ ਉਹਦਾ, ਤੇਲ ਪਾ ਕੇ ਵਾਹ ਕੇ ਵੀ ਨਾ ਨਾ ਕੋਈ ਗੱਲ ਨੀ, ਆਪਣੇ ਘਰ ਦੀ ਗੱਲ ਹੈਗੀ। ਹਾਂ ਜਿੰਨੇ ਜੋ ਕਰੇ ਆਪਾਂ ਹੈਗੇ ਹਾਂ, ਪਤਾ ਹੀ ਆ ਤਾਂ, ਤੂੰ ਕਿ ਭੱਜਿਆ ਥੋੜਾ ਹੀ ਆ, ਬਸ ਆ 2 ਸਾਲਾਂ ਤੋਂ ਸੈੱਟ ਹੋ ਜਾਊਗਾ। ਹਾਂ ਵਿੱਚ ਕੀ ਹੁੰਦਾ, ਵਧੀਆ ਚੱਲ, ਨਹੀਂ ਸਿਆਣਾ ਮੁੰਡਾ, ਜਿਹੜੀ ਗੱਲ ਮੈਂ ਕਹਿਣੀ ਆ ਹਾਂ ਬੇਬੇ ਕਰ ਲਾਂਗੇ, ਮਾਂ ਤੋਂ ਬਿਨਾਂ ਨਹੀਂ ਬੋਲਦਾ। ਬਸ ਵੱਡੀ ਗੱਲ ਤਾਂ ਹੁੰਦੀ ਹੈ, ਇੱਜ਼ਤ ਕਰਦਾ ਵਧੀਆ ਪੁੱਤ, ਬਸ ਇੱਜ਼ਤ ਕਰੇ ਨਾ ਉਹੀ ਧੀ ਪੁੱਤ ਹੁੰਦਾ, ਗੱਲ ਮੰਨੇ ਉਹੀ ਧੀ ਪੁੱਤ ਹੁੰਦਾ। ਤੇ ਜਿਵੇਂ ਤੂੰ ਕਹੀ ਜਾਵੇ ਪੁੱਤਾ ਪਾ ਕਰਨਾ ਦੇਖ ਲਾਂਗੇ ਕਰ ਲਾਂਗੇ, ਫਿਰ ਮਨ ਜਾ ਆਪਦਾ ਔਖਾ ਹੁੰਦਾ। ਹਾਂ ਨਾ ਨਾ ਉਹ ਕਹਿੰਦਾ ਕੋਈ ਗੱਲ ਨੀ ਆਪਾਂ ਲਾਉਂਦੇ ਨੀ ਠੇਕੇ ਤੇ, ਕਹਿੰਦਾ ਇਤਕੀ ਜ਼ਮੀਨ ਆ ਵਾਹ ਬੀਜ ਕੇ ਤੇ ਨਾਲੇ ਇਹਦਾ ਮੇਰਾ ਬਿਜਲੀ ਦਾ ਚੱਲੀ ਜਾਊਗਾ, ਮੂਹਰੇ ਕਰ ਲਾਂਗੇ ਕਹਿੰਦਾ ਦੁਕਾਨ ਆਪਾਂ। ਪਰ ਲੋਟੋ ਚੰਗੀ ਗੱਲ ਆ, ਨਾ ਵਧੀਆ ਸੁਭਾਅ ਤਾਂ ਮੇਰੇ ਪਸੰਦ ਆ, ਇੱਥੇ ਕੀ ਲਾ ਜਾਂਦਾ ਬਸ ਮੁੰਡੇ ਦਾ ਅਸੀਂ ਤੈਨੂੰ ਫਿੱਟਾ ਕੇ ਠੀਕ ਆ, ਤਾਂ ਹੀ ਮੈਂ ਵੀ ਸੋਚਿਆ ਜੇ ਮਾਂ ਮੈਂ ਵੀ ਗੇੜਾ ਮਾਰਾਂ ਭੱਜ ਕੇ ਪਤਾ ਲੱਗ ਜੂਗਾ। ਹਾਂ ਨਾ ਨਾ ਤਾਂ ਹੀ ਆ ਜੀ ਮਾੜਾ ਬੇਬੇ ਕੋਲ ਜਾ ਕੇ ਆਉਣਾ ਨਾ ਭਾਈ, ਮੈਂ ਤਾਂ ਦੇਖ ਪੂਰੀਆਂ ਚੀਜ਼ਾਂ ਦਿੰਦੀਆਂ ਵੀ ਪਰਮਾਤਮਾ ਤੇਰੀ ਵੱਡੀ ਸਾਰੀ ਉਮਰ ਕਰੇ, ਤੰਦਰੁਸਤੀਆਂ ਦੇਵੇ, ਵਾਲਾ ਹੀ ਦੇਵੇ ਜਿਹੜਾ ਤੈਥੋਂ ਸਮੇ ਹੀ ਨਾ, ਤੇ ਇੰਨਾ ਚਿੱਤ ਖੁਸ਼ ਹੋਇਆ ਮੇਰਾ ਤਾਂ ਵਾਲਾ ਦਾ ਦੇ ਬੇਬੇ। ਜੇ ਆਪ ਮੈਂ ਤਾਂ ਸਭ ਨੂੰ ਇਹੀ ਗੱਲ ਕਹਿਣਾ, ਜੇ ਚੰਗਾ ਕੰਮ ਕਰਾਂਗੇ ਨਾ ਤਾਂ ਉਹਦਾ ਨਤੀਜਾ ਚੰਗੇ ਆਊਗਾ। ਹਾਂ ਇਹ ਤਾਂ ਹੈਗਾ ਹੀ, ਤੇ ਚੱਲ ਜੇ ਮੈਂ ਕਰਾਇਆ ਮੇਰੇ ਕਹਿੰਦੇ ਹੱਲਾ ਸ਼ੀਰੇ ਨਾਲ ਤੇਰਾ ਘਰ ਬਸ ਗਿਆ, ਮੈਨੂੰ ਕੀ ਆ ਤੇਰੀ ਜ਼ਿੰਦਗੀ ਬਣ ਗਈ, ਹੋਰ ਘਰੇ ਆ ਗਿਆ ਬਸ, ਆ ਘਰ ਬਸਦਾ ਹੋ ਗਿਆ ਮੈਨੂੰ ਤਾਂ, ਹੁਣ ਆਈ ਲੱਗਦਾ ਮੇਰਾ ਪੁੱਤ ਮੁੜ ਕੇ ਆ ਗਿਆ, ਮੁੜ ਕੇ ਆ ਗਿਆ। ਬਸ ਆ ਗੱਲਾਂ ਹੁੰਦੀਆਂ ਵੀ ਮਨ ਨੂੰ ਸਮਝਾਉਣਾ ਪੈਂਦਾ ਹੁੰਦਾ ਜੀ, ਤੇ ਪਰ ਹੁਣ ਤੇਰਾ ਘਰ ਦੁਬਾਰੇ ਬਸ ਗਿਆ ਵਧੀਆ, ਪਰਮਾਤਮਾ ਤਾਂ ਕਹਿੰਦਾ ਰੰਗ ਲਾ ਕੇ ਰੱਖੀ, ਬਸ ਨਜ਼ਰ ਨਾ ਲੱਗੇ ਕਿਸੇ ਦੀ, ਬਸ ਵੱਡੀ ਗੱਲ ਹੁੰਦੀ ਹੈ। ਤੇ ਆਪਾਂ ਤਾਂ ਕਹਿੰਦੇ ਸਾਰੇ ਥਾਂ ਥਾਂ ਹੀ ਵਧੀਆ ਰਹਿਣ ਭਾਈ, ਸਾਰੇ ਮੇਰਾ ਐਂ ਸ਼ੁਕਰ ਮਾਣੋ, ਚੱਲ ਭਾਈ ਨਾਲੇ ਬੇਬੇ ਸਮ ਗਈ ਨਾਲੇ ਉਹਦਾ ਘਰ ਬਸ ਗਿਆ, ਘਰ ਸਾਹਮਣ ਵਾਲਾ ਆ ਗਿਆ ਕੋਈ, ਚਲੋ ਬਸ ਦੋਨੇ ਜੀਆਂ ਦਾ ਇੰਨਾ ਸਾਰ ਹੋ, ਤੂੰ ਤਿੰਨ ਜੀਆਂ ਕਹਿੰਦਾ ਵਾਲਾ, ਹੋਰ ਵਧੀਆ ਪਰਮਾਤਮਾ ਵਧੀਆ ਛੋਟੀ ਸਾਰੀ ਸੈਟਿੰਗ ਕਰਤੀ, ਮੈਨੂੰ ਵੀ ਆਇਆ ਚਲਾ ਹੋ ਗਿਆ ਵੀ ਕਿਸੇ ਘਰ ਫਸ ਗਿਆ, ਹੁੰਦਾ ਹੀ ਹੈ ਘਰ ਫਸਾਵਾਂਗੇ ਫੇਰ ਹੀ ਸੀਸ ਮਿਲਦੀ ਆ, ਤੇ ਜੇ ਕਿਸੇ ਘਰ ਜਾੜਾਂਗੇ ਕਾਹਦੇ ਸੀਸਾਂ ਮਿਲਣਗੀਆਂ, ਕਿਉਂ ਆਪਾਂ ਇਹ ਕੰਮ ਕਰਕੇ ਕੀ ਲੋੜ ਹੈ। ਮੈਨੂੰ ਤਾਂ ਮਨ ਨੂੰ ਸਕੂਨ ਮਿਲ ਗਿਆ ਵੀ ਜਿਹੜੀ ਮੈਂ ਗੱਲ ਸੋਚੀ ਸੀ ਉਹ ਹੋ ਗਈ, ਵੀ ਚੱਲ ਤੇਰਾ ਘਰ ਬਸ ਗਿਆ, ਤੈਨੂੰ ਪੁੱਤ ਮਿਲ ਗਿਆ ਤੇ ਨਾਲੇ ਉਹਦਾ ਘਰ ਬਸ ਗਿਆ, ਬਸ ਐਂ ਮੇਰੇ ਤਾਂ ਅੰਦਰਾਂ ਜੀਆਂ ਠੰਡੀਆਂ ਹੋ ਗਈਆਂ, ਬਸ ਵੀ ਮੈਨੂੰ ਰੱਬ ਨੇ ਸਾਰਾ ਕੁਝ ਦੇਤਾ। ਚਲੋ ਬਸ ਚੰਗੀ ਗੱਲ ਆ, ਤੇਰਾ ਪਰਮਾਤਮਾ ਦੀ ਧੰਨਵਾਦ ਕਰਦੇ ਆ, ਬਸ ਇੰਨਾ ਘਰ ਤੇ ਸਾਰਾ ਮੇਹਰ ਰੱਖੀ ਬਸ। ਹਾਂ ਚੱਲ ਚਾਹ ਉੱਧਰ ਹੀ ਪੀ ਲੈਣੇ ਆਪਾਂ ਜਾ ਕੇ ਉੱਥੇ, ਚਾਹ ਬਣਾਈ ਅੰਚੀ ਕੀ ਰਾਮ, ਤਾਂ ਚਾਹ ਪੀ ਕੇ ਜਾਵਾਂਗੇ। ਹਾਂ ਚਾਹ ਪੀ ਕੇ ਜਾਈਂ, ਅੱਜ ਤਾਂ ਜਮਾ ਪੀ ਕੇ ਜਾਵਾਂਗੇ। ਲੈ ਵੀਰੇ ਤੂੰ ਤਾਂ ਸਾਨੂੰ ਦੱਸਿਆ ਹੀ ਨਹੀਂ ਹੈਗਾ ਵਿਆਹ ਕਰਾ ਕੇ ਤੂੰ ਭੈਣ ਤੇ ਜੀਜੇ ਨੂੰ ਭੁੱਲ ਹੀ ਗਿਆ, ਦੱਸ। ਨਹੀਂ ਨਹੀਂ ਭੈਣੇ, ਕਿੱਥੇ ਤੁਹਾਨੂੰ ਭੁੱਲ ਸਕਦਾ, ਮੇਰਾ ਹੋਰ ਹੈ ਹੀ ਨਹੀਂ ਕੋਈ, ਤੁਸੀਂ ਹੋ ਦੋਨੇ। ਜੇ ਅਸੀਂ ਦੋਨੇ ਹੁੰਦੇ ਤਾਂ ਸਾਨੂੰ ਯਾਦ ਰੱਖਦਾ। ਨਾ ਨਾ ਭੈਣੇ ਗੱਲ ਆਏ, ਰੁਕ ਜਾ, ਉੱਥੇ ਜਾ ਕੇ ਨਾ ਕੁਛ ਕਹੀ ਜਾ, ਬਸ ਹੋ ਗਈ ਗਲਤੀ ਜਾ, ਕਿਉਂਕਿ ਉਹ ਸਰਪੰਚ ਨੇ ਧੱਕੇ ਨਾਲ ਹੀ ਕਰਾਤਾ, ਕਹਿੰਦਾ ਚੱਲ ਛੇਤੀ ਛੇਤੀ ਚੁੰਨੀ ਚੜਾਵੇ ਕਰਾਂਗੇ, ਮੇਨ ਗੱਲ ਤਾਂ ਐਂ ਹੋ ਗਈ, ਤੈਨੂੰ ਪਤਾ ਪਹਿਲਾਂ ਕਿੰਨੇ ਰਿਸ਼ਤੇ ਮੁੜ ਗਏ, ਫਿਰ ਉਹ ਅਗਲਾ ਕਹਿੰਦਾ ਇਕੱਲਾ ਆ, ਹੁਣ ਮੈਨੂੰ ਘਰ ਜਮਾਈ ਰੱਖਿਆ ਇੱਥੇ। ਉਹ ਇਕੱਲੀ ਭੈਣ ਸੀ, ਇਹਨੂੰ ਤਾਂ ਦੱਸ ਸਕਦਾ ਸੀ, ਉਹ ਦੱਸਿਆ ਸੀ, ਫੋਨ ਚੱਕੇ ਨੀ ਤੁਸੀਂ, ਚੱਕਿਆ ਨੀ ਫੋਨ, ਨਾ ਤੂੰ ਜਾ ਆਉਂਦਾ ਸਾਡੇ ਕੋਲੇ, ਘਰੇ ਜਾ ਕੇ ਆਉਣਾ ਸੀ, ਐਂ ਆਉਂਦੇ ਅਸੀਂ, ਕੋਈ ਬਗਾਨੇ ਸੀ, ਤੇਰੀ ਆਪਦੀ ਭੈਣ ਸੀ ਇਹ। ਹਾਂ ਭਾਈ ਜੀ ਉਹ ਤੇਰੀ ਗੱਲ ਜਮਾ ਸਹੀ ਆ, ਉਹ ਹੁਣ ਹੋਏ ਤੁਰ ਕੱਲ ਆਇਆ ਸੀ ਮੇਰੇ ਕੋਲ, ਅੱਜ ਵਿਆਹ ਹੋ ਗਿਆ, ਮੈਂ ਨਾਲ ਦੀ ਨਾਲ ਤੁਹਾਨੂੰ ਬੁਲਾ ਲਿਆ। ਇਹ ਤਾਂ ਮੇਰੇ ਨਾਲ ਲੜੀ ਜਾਂਦੇ ਨੇ,
ਕਿ ਹਾਂ ਦੇਖ ਲਾ ਗੁੱਸੇ ਨਾ ਹੋ ਆਪਾਂ ਪਾਰਟੀ ਕਰਾਂਗੇ ਪੂਰੀ ਫੰਨੇਗਾ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਹੈ ਆਏ ਪਹਿਲਾਂ ਘੁੱਟ ਦਾਰੂ ਦੀ ਪਿਆਉਣ ਪਿੱਛੇ ਵੇਖ ਲੈ ਕਿਵੇਂ ਕਰਦਾ ਉਹ ਤੈਨੂੰ ਦਾਰੂ ਦੀ ਘੁੱਟ ਕੇ ਤਾਂ ਨਵਾ ਲਾਂਗੇ ਤੁਸੀਂ ਆਇਓ ਗੁੱਸੇ ਨਾ ਨਵਾ ਦਾਂਗੇ ਦੇਖੀ ਜੋ ਕਿਹੜਾ ਨਵਾਏਗਾ ਆਇਆ ਆਇਆ ਜਾ ਕੇ ਕੋਈ ਕਹੇ ਨਹੀਂ ਇਹਨੂੰ ਮੁਰਗਾ ਮਰਗਾ ਬਣਾ ਦੂ ਨਾ ਨਾ ਤੇ ਪੂੰਗੀ ਧਰ ਕੇ ਬਹਿ ਜੇ ਹੁਣ ਉਹ ਨਹੀਂ ਨਹੀਂ ਸਾਰਾ ਤੂੰ ਬਣਾਵਾਂਗੇ ਬੇਬੇ ਆਪਾਂ ਐ ਨਾ ਮੇਰੀ ਤੇ ਉਹ ਬਾਈ ਦੀ ਪਰਾਉਣਾ ਹੈ ਦੇਖ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਜੀ ਕੀ ਕਰਦੀ ਬਹਿ ਜੋ ਦੱਸਿਆ ਨੀ ਸਾਨੂੰ ਕੋਈ ਵਿਆਹ ਦਾ ਤਾਂ ਆਉਣਾ ਹੀ ਸੀ ਫਿਰ ਮੇਰੀ ਗੱਲ ਸੁਣ ਗੁੱਸਾ ਨਾ ਮਨ ਗੁੱਸੇ ਨਾਲ ਚਲੋ ਗੱਲੇ ਮੈਂ ਬਣਾਉਣਾ ਚਲੋ ਆ ਜਾਓ ਭੜੇ ਅੰਦਰ ਆ ਜਾਓ ਗੁੱਸਾ ਹੁਣ ਤੱਕ ਵੀ ਆ ਕੋਈ ਨਾ ਭਾਬੀ ਸੰਗ ਨਾ ਮੈਂ ਤੇਰੀ ਆਪਦੀ ਹੋਈ ਆ ਹਾਂਜੀ ਦੀ ਇਹ ਤਾਂ ਹੈ ਬਾਕੀ ਮੈਨੂੰ ਤਾਂ ਤੇਰੀ ਸੋਚ ਤੋਂ ਨਾ ਸੱਚੀ ਵਾਰੇ ਵਾਰੇ ਜਾਵਾਂ ਕਿ ਤੂੰ ਇੱਕ ਸੱਸ ਨੂੰ ਆਪਦੀ ਮਾਂ ਬਣਾਇਆ ਤੇ ਉਹਨੇ ਤੈਨੂੰ ਆਪਦੀ ਧੀ ਬਣਾ ਲਿਆ ਹਾਂਜੀ ਦੀ ਇਹ ਤਾਂ ਹੈ ਪਰ ਮੈਂ ਤਾਂ ਇਹ ਚਾਹੁੰਦੀ ਹਾਂ ਵੀ ਹਰ ਇੱਕ ਦੀ ਸੋਚ ਹੀ ਏਦਾਂ ਦੀ ਹੋਵੇ ਹੋਣੀ ਤਾਂ ਚਾਹੀਦੀ ਆ ਪਰ ਤੂੰ ਮੇਰੇ ਲਈ ਪਰਮਾਤਮਾ ਭੇਜਦਾ ਦੁਨੀਆਂ ਤੇ ਬਾਕੀ ਸਾਨੂੰ ਤਾਂ ਖੁਸ਼ੀ ਆ ਨਾਲੇ ਮੇਰੇ ਭਰਾ ਦਾ ਘਰ ਵਸ ਗਿਆ ਨਾਲੇ ਤੇਰੇ ਸਿਰ ਤੋਂ ਚਿੱਟੀ ਚੁੰਨੀ ਉਤਰ ਗਈ ਹਾਂਜੀ ਦੀ ਇਹ ਤਾਂ ਹੈ ਬਾਕੀ ਜੇ ਆਪਾਂ ਸੱਸ ਨੂੰ ਮਾਂ ਸਮਝਾਂਗੇ ਤਾਂ ਮਾਂ ਬਣ ਜਾਂਦੀ ਹੈ ਹਾਂਜੀ ਫੇਰ ਹੀ ਘਰ ਵਸਦੇ ਆ ਹਨਾ ਫੇਰ ਹੀ ਘਰ ਵਸਦੇ ਤੇ ਚਲੋ ਤੁਹਾਡੀ ਵਧੀਆ ਦੋਨਾਂ ਦੀ ਸੋਚ ਮਿਲਦੀ ਹੈ ਜ਼ਿੰਦਗੀ ਤੁਸੀਂ ਕੱਟਣੀ ਹੈ ਹਾਂਜੀ ਇਹ ਤਾਂ ਹੈ ਚਲੋ ਜਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਵਾਕਿਆ ਹੋਇਆ ਸੀ ਬੰਦੇ ਤੋਂ ਬਿਨਾਂ ਜ਼ਿੰਦਗੀ ਕੱਟਣੀ ਬਹੁਤ ਔਖੀ ਆ ਹਾਂਜੀ ਚਲੋ ਮੈਨੂੰ ਮੇਰੇ ਭਰਾ ਤੇ ਮਾਨ ਵੀ ਆ ਮੇਰਾ ਭਰਾ ਸੁੱਖ ਨੇ ਸਾਰਾ ਘਰ ਸਾਂਭਿਆ ਉਹਨੇ ਹਾਂਜੀ ਤਾਂ ਨਾਲੇ ਵਧੀਆ ਕੁਝ ਖਾਂਦਾ ਪੀਂਦਾ ਨਹੀਂ ਚਲੋ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਭਾਈ ਉਹਨਾਂ ਤੇ ਸਾਰੀਆਂ ਤੇ ਮਿੱਟੀ ਪਾਓ ਹੁਣ ਆਪਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ ਵਧੀਆ ਹਾਂਜੀ ਤਾਂ ਹੈ ਚਲੋ ਸਾਨੂੰ ਤਾਂ ਕੋਈ ਐਡਾ ਕੋਈ ਗੁੱਸਾ ਗਿਲਾ ਨਹੀਂ ਚਲ ਸਾਨੂੰ ਨਹੀਂ ਬੁਲਾਇਆ ਜਾਂ ਕੋਈ ਅਸੀਂ ਐ ਨਹੀਂ ਕਹਿੰਦੇ ਵੀ ਸਾਰੇ ਹੁਣ ਇਹਨੂੰ ਮਿਹਣੇ ਦਿੰਦੇ ਰਹੀਏ ਚੱਲ ਵੀਰੇ ਗੁੱਸੇ ਵਾਲੀ ਤਾਂ ਕੋਈ ਗੱਲ ਨਹੀਂ ਗੀ ਪਰ ਕੀ ਕਰੀਏ ਭਾਨੀ ਵਾਲੀ ਲੋਕ ਬਹੁਤ ਸੀਗੇ ਜ਼ਿਆਦਾ ਹਨਾ ਤਾਂ ਕਰਕੇ ਜਲਦੀ ਜਲਦੀ ਥੋੜਾ ਜਿਹਾ ਕਰਨਾ ਪਿਆ ਸਾਨੂੰ ਵੀ ਕੋਈ ਗੱਲ ਨਹੀਂ ਅਸੀਂ ਪਾਰਟੀ ਕਰਾਂਗੇ ਫਿਰ ਤੁਹਾਨੂੰ ਮੂਹਰੇ ਰੱਖਾਂਗੇ ਮੇਨ ਤਾਂ ਉਹੀ ਹੁੰਦਾ ਨਾ ਘਰ ਦਾ ਪ੍ਰਾਹੁਣਾ ਹੀ ਹੁੰਦਾ ਘਰ ਦੇ ਪ੍ਰਾਹੁਣੇ ਤੋਂ ਬਿਨਾਂ ਪੁੱਛੇ ਤਾਂ ਕੋਈ ਗੱਲ ਹੁੰਦੀ ਵੀ ਨਹੀਂ ਗੀ ਹਨਾ ਤਾਂ ਕਰਕੇ ਫਿਰ ਕੋਈ ਨਾ ਅਸੀਂ ਪਾਰਟੀ ਕਰਾਂਗੇ ਤੇ ਤੁਹਾਨੂੰ ਮੂਹਰੇ ਰੱਖਾਂਗੇ ਨਾ ਨਾ ਜੀ ਤਾਂ ਇਹ ਤਾਂ ਐਵੇਂ ਕਰੀ ਜਾਂਦੇ ਨੇ ਪ੍ਰਾਹੁਣਾ ਮੇਨ ਮੂਨ ਕਾਹਨੂੰ ਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਵੀਰੇ ਸਾਨੂੰ ਮਾਫ ਕਰ ਦਿਓ ਇਹ ਤਾਂ ਸਾਡੇ ਘਰ ਦਾ ਚਾਹ ਬਹੁਤ ਹੈ ਹਾਂਜੀ ਇਹ ਤਾਂ ਵੈਸੀ ਭਾਬੀ ਹੂੰ ਮਜ਼ਾਕ ਹੀ ਕਰਦੇ ਰਹਿੰਦੇ ਆ ਕਿ ਦਾਰੂ ਨਹੀਂ ਪਿਆਈ ਫਲਾਣਾ ਇਹਨਾਂ ਦਾ ਕੀ ਇਹ ਤਾਂ ਹਾਸੇ ਮਜ਼ਾਕ ਲਈ ਆ ਚੱਲ ਸਾਨੂੰ ਤਾਂ ਇਹ ਬਥੇਰੀ ਖੁਸ਼ੀ ਆ ਹਨਾ ਚੱਲ ਦੇਰ ਨਾਲ ਹੀ ਸਹੀ ਠੀਕ ਹੈ ਦੋਨਾਂ ਦੇ ਆਪਸ ਦੇ ਵਿੱਚ ਚਲੋ ਤੁਹਾਡਾ ਵਧੀਆ ਬਣ ਆਵੇ ਇਸ ਤਾਂ ਹੀ ਅਰਦਾਸ ਕਰਾਂਗੇ ਹਾਂਜੀ ਤਾਂ ਬਾਕੀ ਸਾਰੀ ਗੱਲ ਸੰਜੋਗਾਂ ਦੀ ਹੁੰਦੀ ਹੈ ਭਾਈ ਇਹ ਤਾਂ ਜਿੱਥੇ ਹੁੰਦੇ ਨੇ ਨਾ ਉੱਥੇ ਕਿਸੇ ਹਿਸਾਬ ਨਾਲ ਮਰਜ਼ੀ ਟੱਕਰ ਜੇ ਬੰਦਾ ਆ ਕੇ ਤਾਂ ਉਹਦੇ ਨਾਲ ਇਕੱਠਾ ਹੋਣਾ ਹੀ ਹੁੰਦਾ ਹਾਂਜੀ ਇਹ ਤਾਂ ਲੈ ਐਂ ਕਰੋ ਫਿਰ ਜੀ ਤਾਂ ਬਣਾ ਲਓ ਫਿਰ ਕੁਝ ਖਾਣ ਨੂੰ ਠੀਕ ਆ ਕੋ ਰੋਟੀ ਪਾਣੀ ਫਿਰ ਅਸੀਂ ਮਣਾ ਜਾਈਏ ਖੇਤ ਵੀ ਠੀਕ ਹਾਂ ਠੀਕ ਹੈ